ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਰਵਾਇਤੀ ਤਕਰੀਰ ਕੀਤੀ ਇਸ ਤਕਰੀਰ ਉੱਤੇ ਭਾਜਪਾ ਦੇ ਨਰਿੰਦਰ ਆਗੂ ਨੇ ਜਵਾਬੀ ਤਕਰੀਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਕੀਤੀ ਨਰਿੰਦਰ ਮੋਦੀ ਦੀ ਤਕਰੀਰ ਨੂੰ ਮੌਕੇ ਦੀ ਮर्यादा ਤੋਂ ਬਾਹਰ ਜਾ ਕੇ ਕੀਤੀ ਟਿੱਪਣੀ ਮੰਨਿਆ ਜਾ ਰਿਹਾ ਹੈ ਸਵਾਲ ਇਹ ਹੈ ਕਿ ਕੀ ਮੋਦੀ ਦੀ ਇਸ ਤਕਰੀਰ ਨੂੰ ਵਕ ਕਰਕੇ ਵੇਖਿਆ ਜਾਏ ਜਾਂ ਇਹ ਮੌਜੂਦਾ ਸਿਆਸੀ ਰੁਝਾਨ ਦੀ ਕੋਈ ਕੜੀ ਹੈ ਕੀ ਸਿਆਸੀ ਪਾਰਟੀਆਂ ਸਲੀਕਾ ਭੁੱਲ ਰਹੀਆਂ ਨੇ ਜਾਂ ਮੋਦੀ ਨੇ ਹੀ ਇਹ ਹੱਦ ਟੱਪੀ ਹੈ ਰਾਜਤੰਤਰ ਦਾ ਆਪਣਾ ਸਲੀਕਾ ਹੁੰਦਾ ਹੈ ਵਿਧਾਨਕ ਅਹੁਦਿਆਂ ਤੇ ਵਿਰਾਜਮਾਨ ਪ੍ਰਤਵੰਤਿਆ ਤੋਂ ਤਵਕਕੋ ਕੀਤੀ ਜਾਂਦੀ ਹੈ ਕਿ ਉਹ ਆਪਣਾ ਸਲੀਕਾ ਕਾਇਮ ਰੱਖਣ ਜਿਸ ਨਾਲ ਅਦਾਰਿਆਂ ਦੀ ਮਰਿਆਦਾ ਕਾਇਮ ਰਹਿੰਦੀ ਹੈ ਵਿਧਾਨ ਸਭਾਵਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਗੁਜ਼ਾਰੀ ਇਸੇ ਪੱਖੋਂ ਲਗਾਤਾਰ ਚਰਚਾ ਵਿੱਚ ਹੈ ਕਿ ਨਵੀਂ ਪੀੜੀ ਨੂੰ ਸਲੀਕਾ ਨਹੀਂ ਹੈ ਨਤੀਜੇ ਵਜੋਂ ਇਨ੍ਹਾਂ ਅਦਾਰਿਆਂ ਵਿੱਚ ਸੰਵਾਦ ਦਾ ਮਿਆਰ ਲਗਾਤਾਰ ਨੀਵਾ ਹੋ ਰਿਹਾ ਹੈ اجلاس لگاتار شور شرابے والے ਹੋ ਰਹੇ ਨੇ زیادہ تر قانون بنا ચર્ચા ਤੋਂ پاس ہو ਜਾਂਦੇ ਨੇ اس ਦੇ ਨਾਲ ਹੀ ਸੰਵਿਧਾਨਕ ادارے ਦੀ دور ورਤੋਂ ਅਤੇ ਇਹਨਾਂ ਬਾਰੇ ਕੀਤੀ ਟਿੱਕਾ ਟਿੱਪਣੀ ਵੀ ਇਸੇ ਕੇਰੇ ਵਿੱਚ ਆਉਂਦੀ ਹੈ ਇਹਨਾਂ ادارے ਦੀ سیاسی دور ورਤੋਂ ਚਰਚਾ ਵਿੱਚ ਰਹਿੰਦੀ ਹੈ ਜਦੋਂ سیاستدان ਟਿੱਪਣੀ ਕਰਦੇ ਨੇ ਤਾਂ ਉਹਨਾਂ ਦੇ ਤੱਥ ਹਮੇਸ਼ਾ ਚੋਣਵੇਂ ਹੁੰਦੇ ਨੇ ਅਤੇ ਹੁਣ ਉਹਨਾਂ ਤੋਂ ਨਿਰਪੱਖਤਾ ਦੀ ਉਮੀਦ ਵੀ ਛੱਡ ਦਿੱਤੀ ਗਈ ਹੈ ਹੁਣ ਸਵਾਲ ਇਹੋ ਬਣਦਾ ਹੈ ਕੀ ਕੀ ਸਿਆਸੀ ਪਾਰਟੀਆਂ ਕਿਸੇ ਸਲੀਕੇ ਤਹਿਤ ਕੰਮ ਕਰਦੀਆਂ ਨੇ ਜਦ ਸੱਤਾ ਤੇ ਕਾਬਜ਼ ਹੋਣ ਲਈ ਸਭ ਕੁਝ ਜਾਇਜ਼ ਹੈ ਅਤੇ ਇਹੋ ਸਲੀਕਾ ਹੈ ਇੱਕ ਸਵਾਲ ਤਾਂ ਇਹੋ ਹੈ ਕਿ ਕੀ ਮਨਮੋਹਨ ਸਿੰਘ ਦੀ ਤਕਰੀਰ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਏਗੀ ਦੂਜੇ ਪਾਸੇ ਕੀ ਨਰਿੰਦਰ ਮੋਦੀ ਦੀ ਤਕਰੀਰ ਉਹਨਾਂ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਮਜ਼ਬੂਤ ਕਰੇਗੀ ਇਸ ਤੋਂ ਬਿਨਾ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਸਿਆਸੀ ਪਾਰਟੀਆਂ ਲਈ ਰਾਜਤੰਤਰ ਜਾਂ ਰਿਵਾਇਤ ਦੇ ਸਲੀਕੇ ਵਿੱਚ ਰਹਿਣਾ ਮੁਸ਼ਕਲ ਹੈ ਜੇ ਉਹਨਾਂ ਨੂੰ ਸਲੀਕੇ ਦੀ ਪ੍ਰਵਾਹ ਨਹੀਂ ਹੈ ਤਾਂ ਇਹ ਸਾਡੇ ਮੁਲਕ ਦੀ ਸਿਆਸਤ ਦਾ ਕਿਹੋ ਜਿਹਾ ਚਿਹਰਾ ਮੂਰਾ ਪੇਸ਼ ਕਰਦੀ ਹੈ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਖਾਲਿਦ ਮੁਹੰਮਦ ਜੋ ਪੰਜਾਬ ਯੂਨੀਵਰਸਿਟੀ ਵਿੱਚ ਪੋਲਿਟিক্যাল ਸਾਇੰਸ ਪੜਾਉਂਦੇ ਨੇ ਸੁਖਪਾਲ ਖਹਿਰਾ ਜੋ ਕਾਂਗਰਸ ਦੇ ਆਗੂ ਨੇ ਡਾਕਟਰ ਦਰਿੰਦਰ ਤਾਇਲ ਜੋ ਭਾਜਪਾ ਦੇ ਆਗੂ ਨੇ ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ ਖਾਲਿਦ ਜੀ ਜੀ ਦੋ ਸਵਾਲ ਨੇ ਇੱਕ ਤਾਂ ਇਹ ਹੈ ਕਿ ਕੀ ਨਰਿੰਦਰ ਮੋਦੀ ਦੀ ਜਿਹੜੀ ਤਕਰੀਰ ਹੈ ਉਹ ਸਲੀਕੇ ਦਾ ਕਿਹੜਾ ਉਲੰਘ ਗਈ ਹੈ ਦੂਜਾ ਇਹ ਕਿ ਕੀ ਇਹ ਇੱਕ ਆਈਸੋਲੇਟਿਡ ਇਨਸੀਡੈਂਟ ਹੈ ਜਾਂ ਕੋਈ ਰੁਝਾਨ ਦਿਖੜੀ ਹੈ ਦੇਖੋ ਜਿਹੜੀ ਪੋਲੀਟਿਕ ਜਿਹੜੀ ਇੰਡੀਪੈਂਡੈਂਸ ਡੇ ਦੀ ਸਪੀਚ ਹੁੰਦੀ ਹੈ ਉਹ ਸ਼ੁਰੂ ਤੋਂ ਹੀ ਪ੍ਰਧਾਨ ਮੰਤਰੀ ਦੀ ਪੋਲੀਟਿਕਲ ਸਪੀਚ ਹੁੰਦੀ ਹੈ ਜੀ ਜਿਹਦੇ ਵਿੱਚ ਜਿਹੜੀ ਵੀ ਪਾਰਟੀ ਪਾਵਰ ਦੇ ਵਿੱਚ ਹੈ ਜੀ ਉਹ ਆਪਣਾ ਵਿਖਿਆਨ ਕਰਦੀ ਹੈ ਕਿ ਅਸੀਂ ਕੀ ਕੀਤਾ ਹੈ ਜਾਂ ਕੀ ਨਹੀਂ ਕੀਤਾ ਹੈ ਜਾਂ ਕੀ ਅੱਗੇ ਨੂੰ ਕਰਨਾ ਚਾਹੁੰਦੇ ਹਾਂ ਔਰ ਪ੍ਰਧਾਨ ਮੰਤਰੀ ਦਾ ਪਦ ਵੀ ਪੋਲੀਟਿਕਲ ਹੈ ਉਹਨੂੰ ਪੋਲਿਟਿਕਸ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾਂਦਾ ਕੋਈ ਇਹ ਨਹੀਂ ਕਹਿ ਸਕਦੇ ਕਿ ਕੋਈ ਬੜੀ ਆਈਸੋਲੇਟਿਡੀ ਚੀਜ਼ ਹੈ ਪਹਿਲਾਂ ਵੀ ਵੈਸਟ ਬੰਗਾਲ ਦੇ ਵਿੱਚ ਸਰਕਾਰ ਰਹੀ ਹੈ ਇੱਕ ਮੰਤਰੀਾਂ ਦੀ ਇੱਕ ਲੰਬੇ ਸਮੇਂ ਤੱਕ ਔਰ ਚੀਫ ਮਿਨਿਸਟਰ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੇ ਭਾਸ਼ਣ ਕਰਦੇ ਰਹੇ ਆ ਜਿਦੇ ਵਿੱਚ ਸੈਂਟਰ ਗਵਰਨਮੈਂਟ ਦੇ ਉੱਪਰ ਟਿੱਪਣੀ ਹੁੰਦੀ ਰਹੀ ਹੈ ਜੀ ਲੇਕਿਨ ਇਹ ਇਸ ਕਰਕੇ ਵੱਖਰਾ ਹੈ ਕਿ ਇਹ ਤਾਂ ਸਪੀਚ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਜੀ ਕੱਲ ਨੂੰ ਤੁਸੀਂ ਪ੍ਰਧਾਨ ਮੰਤਰੀ ਦੀ ਸਪੀਚ ਦੇਖਿਓ ਉਸ ਤੋਂ ਬਾਅਦ ਸਾਡੀ ਸਪੀਚ ਦੇਖਿਓ ਜੀ ਇਟ ਮੀਨਸ ਕਿ ਅਸੀਂ ਉਸ ਇਨਸੀਡੈਂਟ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸਪੈਸੀਫਿਕਲੀ ਤਿਆਰ ਕਰ ਰਹੇ ਸੀਗੇ ਕਿ ਅਸੀਂ ਕੁਝ ਕਰਨਾ ਹੈ ਇਸ ਤਰ੍ਹਾਂ ਦੀ ਗੱਲ ਦੂਸਰੀ ਚੀਜ਼ ਇਹ ਹੈ ਕਿ ਚੀਫ ਮਿਨਿਸਟਰ ਦਾ ਦਾਰਾ ਚੀਫ ਮਿਨਿਸਟਰ ਦਾ ਮੰਡੇਟ ਡਿਫਰੈਂਟ ਹੈ ਪ੍ਰਧਾਨ ਮੰਤਰੀ ਦਾ ਮੰਡੇਟ ਡਿਫਰੈਂਟ ਹੈ ਇਹ ਨਹੀਂ ਕਿ ਇੱਕ ਦੂਸਰੇ ਦੇ ਉੱਪਰ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਿਹੜੀ ਇੰਡੀਪੈਂਡੈਂਸ ਡੇ ਹੁੰਦਾ ਹੈ ਇੰਡੀਪੈਂਡੈਂਸ ਡੇ ਨੂੰ ਇੱਕ ਸੋਲਵ ਓਕੇਸ਼ਨ ਮੰਨਿਆ ਜਾਂਦਾ ਹੈ ਜੀ ਉਹਦੇ ਵਿੱਚ ਇਹ ਜ਼ਰੂਰੀ ਹੈ ਔਰ ਇਹ ਚਾਹੀਦਾ ਵੀ ਹੈ ਕਿ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਹੈ ਜਾਂ ਜਿੰਨੇ ਵੀ ਪੋਲੀਟੀਕਲ ਆਗੂ ਹੈ ਉਹ ਇੱਕ ਮੁਠਤਾ ਦਾ ਸਬੂਤ ਦੇਣ ਔਰ ਦੇਸ਼ ਦੀ ਡਿਵੈਲਪਮੈਂਟ ਔਰ ਦੇਸ਼ ਦੇ ਵਿਕਾਸ ਦੇ ਬਾਰੇ ਇੱਕ ਮੁਠ ਹੋ ਕੇ ਗੱਲ ਕਰਨ ਤੀਸਰੀ ਚੀਜ਼ ਮੈਂ ਕਹੂੰਗਾ ਜਿੱਤੇ ਤੱਕ ਵਿਦੇਸ਼ ਨੀਤੀ ਹੈ ਫੋਰਨ ਪੋਲਿਸੀ ਦਾ ਸਵਾਲ ਹੈ ਜਿੰਨੀਆਂ ਵੀ ਡੈਮੋਕ੍ਰੈਸੀਜ਼ ਹੈ ਉਹਦੇ ਵਿੱਚ ਇੱਕ ਅਨ ਰਿਟਨ ਲਾਅ ਮੰਨਿਆ ਜਾਂਦਾ ਹੈ ਕਿ ਬਾਈਪਾਰਟਿਜ਼ਨ ਫੋਰਨ ਪੋਲਿਸੀ ਹੋਣੀ ਚਾਹੀਦੀ ਹੈ ਯਾਨੀ ਕਿ ਫੋਰਨ ਪੋਲਿਸੀ ਦੇ ਮਾਮਲੇ ਦੇ ਵਿੱਚ ਘਟੋ ਘਟ ਸਾਰੇ ਇਕੱਠੇ ਇੱਕ ਫੇਸ ਸਾਰੀ ਵਰਲਡ ਨੂੰ ਸ਼ੋਅ ਕਰੀਏ ਜੀ ਉਹਦੇ ਵਿੱਚ ਮੋਦੀ ਸਾਹਿਬ ਦਾ ਇਹ ਗੱਲ ਕਹਿਣਾ ਕਿ ਮੇਰੀ ਆਵਾਜ਼ ਜਿਹੜੀ ਹੈਗੀ ਹੈ ਪਾਕਿਸਤਾਨ ਚ ਜਿਆਦਾ ਸੁਣਦੀ ਹੈ ਦਿੱਲੀ ਦੇ ਵਿੱਚ ਬਾਅਦ ਦੇ ਵਿੱਚ ਸੁਣਦੀ ਹੈ ਇਸ ਕਮੈਂਟ ਦੇ ਉੱਪਰ ਜਿਹੜੇ ਵਿਸ਼ੇਸ਼ਕ ਗਿਆ ਉਹ ਕਹਿੰਦੇ ਉਹ ਮੇਰਾ ਆਪਣਾ ਵੀ ਥੀ ਵੇਗਾ ਕਿ ਫੋਰਨ ਪੋਲਿਸੀ ਦੇ ਉੱਪਰ ਜਿਹੜੇ ਚੀਫ ਮਿਨਿਸਟਰਸ ਹੈ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਥੋੜਾ ਜਿਹਾ ਇਤਰਾਜ਼ ਕਰਨਾ ਚਾਹੀਦਾ ਕਿਉਂਕਿ ਫੋਰਨ ਪੋਲਿਸੀ ਦਾ ਦਾਇਰਾ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਦਾ ਹੈ ਅਗਰ ਤੁਸੀਂ ਉਹ ਡਿਫਰੈਂਟ ਫੋਰਮਸ ਹੈਗੀਆਂ ਉਹਨਾਂ ਫੋਰਮਸ ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਗੱਲ ਕਰਨ ਤੋਂ ਕੋਈ ਮਨਾਹੀ ਨਹੀਂ ਹੈ ਲੇਕਿਨ ਓਕੇਜਨ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਹੈ ਮਤਲਬ ਇਟ ਸ਼ੁੱਡ ਨਾਟ ਬੀ ਕਿ ਸੈਂਟਰ ਵਰਸਸ ਸਟੇਟ ਇਨਾ ਜ਼ਿਆਦਾ ਕਿ ਅਸੀਂ ਸਟੇਟ ਨੂੰ ਸਟੇਟ ਨੂੰ ਬਿਲਕੁਲ ਉੱਚਾ ਸੈਂਟਰ ਨੂੰ ਬਿਲਕੁਲ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੀਏ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕੱਲ ਟਿੱਪਣੀ ਕੀਤੀ ਹੈ ਕਿ ਜਿਹੜਾ ਕੇਂਦਰ ਆ ਉਹ ਪੰਜਾਬ ਨਾਲ ਸੂਬਿਆਂ ਨਾਲ ਵਿਤਕਰਾ ਕਰਦਾ ਹੈ ਇੱਕ ਗੱਲ ਇਹ ਤੇ ਦੂਜੀ ਗੱਲ ਇਹ ਹੈ ਕਿ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਤਕਰੀਰ ਕਰ ਰਹੇ ਨੇ ਕੀ ਇਹਨੂੰ ਮੰਨਿਆ ਜਾਵੇ ਕਿ ਉਹ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਜ਼ਿਆਦਾ ਬੋਲ ਰਹੇ ਨੇ ਮੁੱਖ ਮੰਤਰੀ ਵਜੋਂ ਘੱਟ ਬੋਲ ਰਹੇ ਨੇ ਦੇਖੋ ਜਿੱਥੇ ਤੱਕ ਪੰਜਾਬ ਦੇ ਚੀਫ ਮਿਨਿਸਟਰ ਦੀ ਗੱਲ ਦਾ ਸਵਾਲ ਹੈ ਇਹ ਸ਼ੁਰੂ ਤੋਂ ਜਿਹੜੀ ਸਾਡੇ ਫੈਡਰਲ ਸਟਰਕਚਰ ਹੈ ਫੈਡਰਲ ਸਟਰਕਚਰ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ ਹੈ ऑटोनॉमी स्टेट ਨੂੰ ਜ਼ਿਆਦਾ ਚਾਹੀਦੀ ਹੈ ਸੈਂਟਰ ਕੋਲ ਜ਼ਿਆਦਾ ਸ਼ੁਰੂ ਤੋਂ ਹੀ ਸੈਂਟਰ ਡੋਮਿਨੇਟ ਕਰ ਰਿਹਾ ਹੈ ਸੈਂਟਰ ਕੋਲ ਜ਼ਿਆਦਾ ਪਾਵਰਜ਼ ਹੈ ਜਿੰਨਾਂ ਵੀ ਸੈਂਟਰ ਸਟੇਟ ਰਿਲੇਸ਼ਨਜ਼ ਨੂੰ ਜੇ ਆਪਾਂ ਦੇਖੀਏ ਲੇਕਿਨ ਜਿੱਤੇ ਤੱਕ ਸਵਾਲ ਹੈਗਾ ਆਪਣੇ ਦੂਸਰੇ ਸਟੇਟਸ ਦਾ ਦੂਸਰੇ ਸਟੇਟਸ ਦੇ ਵਿੱਚ ਵੀ ਇਵਨ ਅਸੈਂਬਲੀਆਂ ਨੇ ਪਾਸ ਕੀਤੇ ਹੋਏ ਹੈ ਸਟੇਟ ਦੀ ਆਟੋਨੋਮੀ ਦੇ ਬਾਰੇ ਇਹ ਤਾਂ ਸਾਡਾ ਇੰਟਰਨਲ ਮੈਟਰ ਹੈ ਇੰਟਰਨਲ ਸਾਡਾ ਫੈਡਰਲ ਸਟਰਕਚਰ ਹੈ ਇਹਦੇ ਬਾਰੇ ਕੋਈ ਵੀ ਬੰਦਾ ਕੁਝ ਵੀ ਜਿਹੜਾ ਹੈਗਾ ਪਰ ਜੇ ਤੁਸੀਂ ਜਿਹੜੀ ਵਿਦੇਸ਼ ਨੀਤੀ ਵਾਲੀ ਗੱਲ ਕਰਦੇ ਹੋ ਵਿਦੇਸ਼ ਨੀਤੀ ਬਾਰੇ ਵੀ ਤਾਂ ਹਰ ਰੋਜ਼ ਜਿਹੜੇ ਸਿਆਸਤਦਾਨਾਂ ਦੇ ਬਿਆਨ ਆਉ ਕਿ ਉਹਨਾਂ ਦੇ ਕੇਂਦਰ ਦੀ ਜਿਹੜੀ ਨੀਤੀ ਹੈ ਉਹਦੇ ਨਾਲ ਉਹਨਾਂ ਦੇ ਡਿਫਰੈਂਸਸ ਨੇ ਜੇ ਉਹ ਉਸ ਦਿਨ ਵੀ ਜਾਰੀ ਰਹਿਣਗੇ ਤੇ ਫਿਰ ਕੀ ਫਰਕ ਪੈ ਨਹੀਂ ਮੈਂ ਮੈਂ ਦੱਸਦਾ ਕਿ ਪਿਛਲੇ 15 ਸਾਲ ਤੋਂ ਖਾਸ ਤੌਰ ਤੇ 1989 ਤੋਂ ਬਾਅਦ ਜੀ ਚੜੀਆਂ ਰੀਜਨਲ ਪਾਰਟੀਆਂ ਹੈ ਜੀ ਰੀਜਨਲ ਪਾਰਟੀਆਂ ਨੇ ਇਨਕਰੀਸਿੰਗਲੀ ਸੈਂਟਰ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਨਾ ਸ਼ੁਰੂ ਕੀਤਾ ਹੈ ਜੀ ਜਿਹੜੀਆਂ ਦੋ ਮੇਜਰ ਪੋਲੀਟੀਕਲ ਪਾਰਟੀਆਂ ਹੈ ਕਾਂਗਰਸ ਤੇ ਭਾਜਪਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕੋਈ ਵੀ ਪਾਰਟੀ ਇਸ ਵੇਲੇ ਆਪਣੇ ਆਪ ਦੇ ਵਿੱਚ ਸਿੰਗਲੀ ਪਾਵਰ ਦੇ ਵਿੱਚ ਨਹੀਂ ਆ ਸਕਦੀ ਰੀਜਨਲ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਦਾਇਰਾ ਹੈਗਾ ਉਹ ਇੰਟਰਨੈਸ਼ਨਲ ਨਹੀਂ ਹੈ ਉਹ ਰੀਜਨਲ ਹੈ ਜੀ ਉਹਨਾਂ ਦੇ ਜਿਹੜੇ ਹੈਗੇ ਸਪੈਸੀਫਿਕ ਰੀਜਨਲ ਮੁੱਦੇ ਹੀ ਲੈ ਕੇ ਚੱਲਦੀਆਂ ਨੇ ਜੀ ਇਸ ਕਰਕੇ ਜਿਹੜੀ ਫੋਰਨ ਪੋਲਿਸੀ ਦੇ ਬਾਰੇ ਹੈ ਫੋਰਨ ਪੋਲਿਸੀ ਜਿਸ ਵੇਲੇ ਸਾਡੇ ਜਿਸ ਵੇਲੇ ਸਾਡੇ ਪ੍ਰਧਾਨ ਮੰਤਰੀ ਜਿਹੜਾ ਕਿ ਫੋਰਨ ਪੋਲਿਸੀ ਦਾ ਮੇਜਰ ਫਾਰਮੂਲੇਟਰ ਹੁੰਦਾ ਉਸ ਤੋਂ ਇਲਾਵਾ ਜਿਹੜਾ ਸਾਡਾ ਵਿਦੇਸ਼ ਮੰਤਰੀ ਹੈ ਜਾਂ ਵਿਦੇਸ਼ ਸਚੀਵਾਲੇ ਹੈ ਜੀ ਉਨਾ ਦੀ ਨੂੰ ਜ਼ਿਆਦਾ ਪ੍ਰਾਥਮਿਕਤਾ ਮਿਲਣੀ ਚਾਹੀਦੀ ਹੈ ਫੋਰਨ ਪੋਲਿਸੀ ਦੇ ਉੱਪਰ ਕਮੈਂਟ ਕਰਨ ਵਾਸਤੇ ਨਾ ਕਿ ਰੀਜਨਲ ਪਾਰਟੀਆਂ ਨੂੰ ਅਗਰ ਰੀਜਨਲ ਪਾਰਟੀਆਂ ਨੇ ਗੱਲ ਕਰਨੀ ਹੈ ਤਾਂ ਪਾਰਲੀਮੈਂਟ ਚ ਕਰਨ ਲੇਕਿਨ ਸਾਡਾ ਇੰਟਰਨੈਸ਼ਨਲ ਲੈਵਲ ਤੇ ਫੇਸ ਇੱਕ ਹੋਣਾ ਚਾਹੀਦਾ ਜਿੱਥੇ ਤੱਕ ਫੋਰਨ ਪੋਲਿਸੀ ਦਾ ਸਵਾਲ ਹੈ ਜੀ ਸੁਖਪਾਲ ਜੀ ਜਿਹੜੀ ਇੱਕ ਗੱਲ ਹੈ ਕਿ ਵੀ ਪ੍ਰਧਾਨ ਮੰਤਰੀ ਤੋਂ ਉਸ ਦਿਨ ਇੱਕ ਰਵਾਇਤੀ ਤਕਰੀਰ ਦੀ ਉਮੀਦ ਕੀਤੀ ਜਾਂਦੀ ਹੈ ਜਿਹਦਾ ਇੱਕ ਰਵਾਇਤੀ ਢੰਗ ਨਾਲ ਰਿਸਪੌਂਸ ਹੋਣਾ ਚਾਹੀਦਾ ਸਾਰਿਆਂ ਵੱਲੋਂ ਪਰ ਇੱਕ ਗੱਲ ਹੈ ਕਿ ਜਦੋਂ ਉਹ ਪਿਛਲੇ 65 ਸਾਲ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਨੇ ਤੇ ਉਹ ਐਮਰਜੈਂਸੀ ਦਾ ਜ਼ਿਕਰ ਨਹੀਂ ਕਰਦੇ ਜਿਹੜਾ ਕਿ ਸਾਡੇ ਦੇਸ਼ ਦਾ ਇੱਕ ਵੱਡਾ ਇਤਿਹਾਸ ਹੈ ਅ ਅਟਲ ਬਿਹਾਰੀ ਵਾਜਪਾਈ ਦੀ 6 ਸਾਲ ਸਰਕਾਰ ਰਹੀ ਉਹਦਾ ਜ਼ਿਕਰ ਨਹੀਂ ਕਰਦੇ ਤੇ ਉਥੇ ਤੇ ਚੋਣਵੇਂ ਤੱਥ ਪੇਸ਼ ਕੀਤੇ ਜਾ ਸਕਦੇ ਨੇ ਜਦੋਂ ਨਰਿੰਦਰ ਮੋਦੀ ਕੁਝ ਗੱਲ ਕਹਿੰਦੇ ਨੇ ਤੇ ਉਹਦੇ ਤੇ ਇਤਰਾਜ਼ ਕੀਤਾ ਜਾਂਦਾ ਦੇਖੋ ਗੱਲ ਇਹ ਆ ਦਿਲਜੀਤ ਜੀ ਕਿ ਜਿਹੜੀਆਂ ਇਹ ਰਿਪਬਲਿਕ ਡੇ ਫੰਕਸ਼ਨਸ ਹੈ ਜਾਂ 15 ਅਗਸਤ ਦਾ ਆਜ਼ਾਦੀ ਦਾ ਦਿਵਸ ਹੈ ਇਹ ਬੜੇ ਪਿਓਰ ਆਫੀਸ਼ਲ ਫੰਕਸ਼ਨ ਕਰਨਗੇ ਨੇ ਜੀ ਸਾਰੇ ਵਿਸ਼ਵ ਦੇ ਵਿੱਚ ਇਹ ਗੱਲ ਦੇਖੀ ਜਾਂਦੀ ਸੁਣੀ ਜਾਂਦੀ ਆ ਕਟੋ-ਕਟ ਇਹਨਾ ਫੰਕਸ਼ਨਸ ਦੇ ਵੀ ਕੈਨ ਰਿਫਰੇਨ ਜੀ ਅਸੀਂ ਆਪਣੀ ਪੋਲਿਟੀਕਲ ਦੂਸ਼ਣਬਾਜੀ ਜੀ ਕਿਉਂਕਿ ਇਹ ਪੋਲਿਟੀਕਲ ਪਾਰਟੀਆਂ ਦੇ ਸਟੇਜਸ ਨਹੀਂਗੇ ਜੀ ਜਿਹੜਾ ਨਰਿੰਦਰ ਮੋਦੀ ਜੀ ਦੀ ਤਕਰੀਰ ਸੀਗੀ ਅਗਰ ਉਹ ਕਿਸੇ ਭਾਰਤੀ ਜਨਤਾ ਪਾਰਟੀ ਦੀ ਰੈਲੀ ਤੇ ਚੰਦ ਦਿਨ ਪਹਿਲਾਂ ਹైదరాబాద్ ਵਿੱਚ ਬੋਲੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀਗਾ ਜੀ ਇਸ ਆਫੀਸ਼ੀਅਲ ਫੰਕਸ਼ਨ ਨੂੰ ਲੈ ਕੇ ਜਦੋਂ ਅਸੀਂ ਕੇਂਦਰ ਦੀ ਨੁਕਤਾਚੀਨੀ ਕਰ ਰਹੇ ਹਾਂ ਜੀ ਤਾਂ ਜਿੱਦਾਂ ਖਲੀਜੀ ਨੇ ਕਿਹਾ ਕਿ ਸਾਡਾ ਅਸੀਂ ਆਪਣੇ ਮੁਲਕ ਨੂੰ ਕਮਜ਼ੋਰ ਕਰ ਰਹੇ ਹਾਂ ਜੀ ਦੈਨ ਵੀ ਆਰ ਓਨਲੀ ਐਕਸਪੋਜ਼ਿੰਗ ਆਵਰ ਸੈਲਫ ਟੂ ਦ ਰੈਸਟ ਆਫ ਦ ਵਰਲਡ ਜੀ ਕਿ ਇਹਨਾਂ ਵਿੱਚ ਤਾਂ ਬਹੁਤ ਭਾਰੀ ਦਰਾਰਾਂ ਬਹੁਤ ਭਾਰੀ ਵਿਤਕਰੇ ਨੇ ਫੋਰਨ ਪੋਲਿਸੀ ਨੂੰ ਨੇਬਰਸ ਪਾਕਿਸਤਾਨ ਚਾਈਨਾ ਇਹਨਾਂ ਇੰਪੋਰਟੈਂਟ ਜਿਹੜੀ ਸਾਰੀ ਆਪਾਂ ਜਿਹੜੀ ਗੱਲਬਾਤ ਕਰ ਜਿਹੜਾ ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਹੈ ਇਹ ਇਟ ਇਜ਼ ਅ ਸਟੈਂਡਰਡਾਈਜ਼ਡ ਜਿਹੜੇ ਅਸੈਂਬਲੀਆਂ ਵਿੱਚ ਗਵਰਨਰ ਐਡਰੈਸ ਜੀ ਔਰ ਜਿਹੜੇ ਇਸ ਤਰ੍ਹਾਂ ਦੇ ਫੰਕਸ਼ਨ ਤੇ ਪ੍ਰਾਈਮ ਮਿਨਿਸਟਰ ਐਡਰੈਸ ਨੇ ਉਹ ਜ਼ਿਆਦਾ ਤੌਰ ਤੇ ਜਿਹੜੀਆਂ ਉਹਨਾਂ ਦੀਆਂ ਸਰਕਾਰ ਦੀਆਂ ਉਸ ਪੰਜ ਸਾਲ ਦੀ ਪ੍ਰਾਪਤੀਆਂ ਨੇ ਜਾਂ ਡਿਵੈਲਪਮੈਂਟਲ ਪ੍ਰੋਗਰਾਮਸ ਨੇ ਜਾਂ ਜਿਹੜੇ ਕੁਝ ਟੀਚੇ ਨੇ ਜੀ ਜ਼ਿਆਦਾ ਇਹਨਾਂ ਤੱਕ ਇਹ ਫੋਕਸ ਰੱਖਦੇ ਨੇ ਇਹ ਕੋਈ ਨਿਊ ਬਿਲਕੁਲ ਫੋਕਸ ਨਹੀਂ ਬਿਲਕੁਲ ਫੋਕਸ ਨਹੀਂ ਰੱਖੇ ਉਹਨਾਂ ਨੇ ਕਿਹਾ ਕਿ 1991 ਦੇ ਵਿੱਚ ਅਸੀਂ ਆਰਥਿਕ ਸੁਧਾਰ ਸ਼ੁਰੂ ਕੀਤੇ 1991 ਤੋਂ ਬਾਅਦ ਉਹ ਸਿੱਧਾ ਜੰਪ ਮਾਰ ਕੇ ਇੱਥੇ ਆ ਕੇ ਗੱਲ ਕਰਦੇ ਨੇ ਕਿ ਪਿਛਲੇ 10 ਸਾਲਾਂ ਦੇ ਵਿੱਚ ਸਾਡੀ ਸਰਕਾਰ ਨੇ ਇਹ ਕਿਹਾ ਜਿਹੜੇ ਆਰਥਿਕ ਸੁਧਾਰ ਨੇ ਉਹ ਲਗਾਤਾਰ ਜਾਰੀ ਰਹੇ ਨੇ ਉਹਦੇ ਵਿੱਚੋਂ 6 ਸਾਲ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਰਹੀ ਹੈ ਜੀ ਕਿ ਕਿ ਜਿਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਜੀ ਔਰ ਜਿਹੜੀਆਂ ਉਹ ਦੋ ਸਰਕਾਰਾਂ ਯੂਪੀਏ 1 2 ਔਰ ਜਿਹੜੀ ਪ੍ਰੀਵੀਅਸ ਜਿੱਥੇ ਇੱਕ ਫਾਈਨੈਂਸ਼ੀਅਲ ਲਿਬਰਲਾਈਜੇਸ਼ਨ ਦਾ ਇੱਕ ਦੌਰ ਚੱਲਿਆ ਉਹਦੀ ਉਹਨਾਂ ਨੇ ਕਮਿਟਮੈਂਟ ਦੀ ਗੱਲ ਕੀਤੀ ਕਿਸੇ ਦੀ ਨੁਕਤਾਚੀਨੀ ਨਹੀਂ ਕੀਤੀ ਜੀ ਕਿਸੇ ਮੁੱਖ ਮੰਤਰੀ ਦੀ ਕਿਸੇ ਦੀ ਪ੍ਰਾਤੀ ਦਾ ਵੀ ਜ਼ਿਕਰ ਨਹੀਂ ਕੀਤਾ ਲੇਕਿਨ ਕਿਸੇ ਦੀ ਨੁਕਤਾਚੀਨੀ ਵੀ ਨਹੀਂ ਕੀਤੀ ਲੇਕਿਨ ਔਨ ਦਾ ਕੰਟਰੀ ਜੀ ਮੋਦੀ ਜੀ ਜਿਹੜੇ ਕਿ ਆਪਣੇ ਆਪ ਨੂੰ ਇੱਕ ਹਿੰਦੁਸਤਾਨ ਦਾ ਇੱਕ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਦਾਵੇਦਾਰ ਪੇਸ਼ ਕਰ ਰਹੇ ਨੇ ਉਹਨਾਂ ਦੇ ਮੂੰਹ ਇਹ ਸ਼ੋਭਦੀਆਂ ਨਹੀਂ ਗਈਆਂ ਘਟੋ ਘਟ ਅੱਜ ਦੇ ਦਿਨ 15 ਅਗਸਤ ਔਰ ਆਫੀਸ਼ੀਅਲ ਫੰਕਸ਼ਨਸ ਤੇ ਇਹ ਗੱਲਾਂ ਸ਼ੋਭਦੀਆਂ ਨੇ देयर हैज टू बी ਅ ਸੈਂਕਿਟੀ ਉਹਦੀ ਮਾਨ ਮਰਿਆਦਾ ਸਾਨੂੰ ਮੇਨਟੇਨ ਨਾ ਜੇ ਅਸੀਂ ਨਹੀਂ ਵੀ ਚਾਹੁੰਦੇ ਤਾਂ ਵੀ ਸਾਨੂੰ ਮੇਨਟੇਨ ਕਰਨੀ ਚਾਹੀਦੀ ਆ ਪੋਲਿਟੀਕਲ ਪਲੈਟਫਾਰਮਸ ਇੱਕ ਥੋੜੋ ਅਵੇਲੇਬਲ ਆ ਰੋਜ਼ ਤਾਂ ਅਸੀਂ ਮੋਦੀ ਜੀ ਦੇ ਵਿਚਾਰ ਸੁਣਦੇ ਆ ਇੰਟਰਵਿਊਾਂ ਦੀ ਸ਼ਕਲ ਵਿੱਚ ਸਭਾਵਾਂ ਦੀ ਸ਼ਕਲ ਵਿੱਚ ਵਾਟ ਇਜ਼ ਦਾ ਹਾਰਮ ਤੈਨੂੰ ਕੈਨੀ ਨਾਟ ਕੰਟਰੋਲ ਵਨ ਡੇ ਜੀ ਇਟ ਓਨਲੀ ਇਟ ਓਨਲੀ ਲੋਅਰਸ ਹਿਸ ਟਾਕ ਕਿ ਕਿੱਦਾਂ ਦੇ ਵਿਚਾਰ ਨੇ ਕਿ ਜਿਹੜਾ ਆਦਮੀ ਆਪਣੇ ਵਿਚਾਰਾਂ ਨੂੰ ਇੱਕ ਦਿਨ ਵਾਸਤੇ ਵੀ ਨਹੀਂ ਰੋਕ ਸਕਦਾ ਕਿਸੇ ਰਹਿਰੇ ਚ ਨਹੀਂ ਰੱਖ ਸਕਦਾ ਹਾਂਜੀ ਇਸ਼ੂ ਬੇਸਿਕਲੀ ਇੰਨੇ ਖੁਦੀ ਕੇ ਸੁਪਾਲ ਜੀ ਨੇ ਕਿ on one hand ਅਸੀਂ ਕਹਿ ਰਹੇ ਹਾਂ ਕਿ ਜੀ ਪ੍ਰਧਾਨ ਮੰਤਰੀ ਨੇ ਜੇ ਸਿਰਫ ਕਾਂਗਰਸ ਦੀ ਸਰਕਾਰਾਂ ਦੀ ਗੱਲ ਕੀਤੀ ਮਤਲਬ ਉਹਨੇ ਸਿਰਫ ਕਾਂਗਰਸ ਦੀ ਗੱਲ ਕੀਤੀ ਸੋ ਐਜ਼ ਅ ਰਿਜ਼ਲਟ ਪੋਲਿਟੀਕਲ ਗੱਲ ਕੀਤੀ ਉਹ ਤੇ ਠੀਕ ਸੀ ਦੂਸਰੇ ਬੰਦੇ ਨੇ ਉਹ ਕਾਂਗਰਸ ਨੂੰ ਕਿਉਂ ਟੇਕ ਓਨ ਕੀਤਾ ਉਸ ਵੇਲੇ ਉਹਨੂੰ ਰਾਸ਼ਟਰੀ ਸੋਚਣੀ ਚਾਹੀਦੀ ਸੀ ਕਾਂਗਰਸ ਦੀ ਨਹੀਂ ਸੀ ਸੋਚਣੀ ਚਾਹੀਦੀ ਕਿ ਮਨਮੋਨ ਸਿੰਘ ਜੀ ਇੱਕ ਦਿਨ ਨਹੀਂ ਵੇਟ ਕਰ ਸਕਦੇ ਸੀ ਉਹਨਾਂ ਨੂੰ ਬੜਾ ਐਕਸਪੀਰੀਅੰਸ ਹੈ 10 ਸਾਲ ਤੋਂ ਔਰ ਲਾਲ ਕਿਲੇ ਤੋਂ ਬੋਲ ਰਹੇ ਹਨ ਉਹਨਾਂ ਦੀ ਸਾਰੀ ਸਰਕਾਰ ਸਾਰੇ ਸਪੋਕਸਮੈਨ ਹਰ ਥਾਂ ਤੇ ਬੋਲ ਰਹੇ ਕਿ ਸਰਕਾਰ ਦੀ ਕੀ ਉਪलब्धि ਹੈ ਉਸ ਵੇਲੇ ਇਸ਼ੂ ਇਹ ਸੀ ਕਿ ਦੇਸ਼ ਦੀ ਕੀ ਉਪलब्धि ਹੈ ਦੇਸ਼ ਨੇ ਕੀ ਕੀਤਾ ਦੇਸ਼ ਦੀ ਉਪलब्धि ਕਿ ਨਾਰੇ ਸੀਗੇ ਦੂਸਰੀ ਗੱਲ ਦੂਸਰੀ ਗੱਲ ਉਹਨਾਂ ਨੇ ਕਿਸੇ ਦਸਤਾਵੇਜ਼ ਦੀ ਗੱਲ ਨਹੀਂ ਕੀਤੀ ਮੋਸਟ ਇੰਪੋਰਟੈਂਟਲੀ ਜਿਹੜਾ 15 ਅਗਸਤ ਦਾ ਦਿਨ ਹੈ ਮੈਂ ਬਿਲਕੁਲ ਸਹਿਮਤ ਹਾਂ ਕਿ ਇੱਕ ਬੜਾ ਸੋਲਵੋ ਓਕੇਜਨ ਹੈ ਉਸ ਵੇਲੇ ਦ ਪ੍ਰਾਈਮ ਮਿਨਿਸਟਰ ਹੈਜ਼ ਟੂ ਸੀ ਕਿ ਮੇਰੀ ਜਨਤਾ ਦੀ ਐਸਪੀਰੇਸ਼ਨ ਕੀ ਹੈ ਜਨਤਾ ਕੀ ਸੁਣਨਾ ਚਾਹੁੰਦੀ ਹੈ ਕਿ ਉਹ ਇੱਕ ਨਿਰਾਸ਼ਾਵਾਦੀ ਸਪੀਚ ਸੁਣਨਾ ਚਾਹੁੰਦੀ ਹੈ ਕਿ ਉਹ ਇੱਕ ਕਮਜ਼ੋਰ ਸਪੀਚ ਸੁੰਨਾ ਚਾਹੁੰਦੀ ਹੈ ਇਸ ਵੇਲੇ ਦੁਨੀਆ ਦਾ ਸਾਰੀ ਹਿੰਦੁਸਤਾਨ ਦਾ ਖੂਨ ਖੋਲ ਰਿਆ ਕਿ ਸਾਡੇ ਬੰਦਿਆਂ ਨੂੰ ਮਾਰਤਾ ਠੀਕ ਹੈ ਪਾਕਿਸਤਾਨ ਨੇ ਕੀ ਕੀਤਾ ਸਾਡੇ ਨਾਲ ਇਜ਼ ਥੈਟ ਜਸਟ ਅ ਮੈਟਰ ਆਫ ਫੋਰਨ ਪੋਲਿਸੀ ਇਟਸ ਅ ਮੈਟਰ ਆਫ ਨੈਸ਼ਨਲ ਪ੍ਰਾਈਡ ਜੋ ਤੁਸੀਂ ਲਾਲ ਕਿਲ੍ਹੇ ਦੇ ਉੱਤੇ ਖੜ ਕੇ ਵੀ ਨੈਸ਼ਨਲ ਪ੍ਰਾਈਡ ਨਹੀਂ ਦਿਖਾਉਂਗੇ ਤੁਸੀਂ ਇਹੀ ਦਿਖਾਣਾ ਚਾਹੁੰਦੇ ਹੋ ਕਿ ਹੁਣ ਮੈਂ ਪ੍ਰਧਾਨ ਮੰਤਰੀ ਤੇ ਰਹਿ ਲਿਆ ਹੁਣ ਸਾਰਾ ਇੰਟਰਨੈਸ਼ਨਲ ਫੋਰਮ ਮੈਨੂੰ ਦੇਖੇ ਮੈਂ ਦੇਸ਼ ਤੋਂ ਕੀ ਲੈਣਾ ਉਸ ਵੇਲੇ ਜਿਹੜੀ ਦੇਸ਼ ਦੀ ਐਸਪੀਰੇਸ਼ਨ ਹੈ ਉਹ ਕਿੱਥੇ ਨੀਟ ਅਪ ਹੋਈ ਮਤਲਬ ਤੁਸੀਂ ਇਹ ਉਮੀਦ ਕਰ ਤੁਸੀਂ ਇਹ ਉਮੀਦ ਕਰਦੇ ਹੋ ਕਿ ਵੀ ਉਹ ਸਾਰੀ ਜਿਹੜੀ ਡਿਪਲੋਮੇਸੀ ਵਾਲੀ ਗੱਲ ਹੈ ਉਹ ਸਾਰੀ ਭੁੱਲ ਭੁਲਾ ਕੇ ਉੱਥੇ ਨਾਹਰੇਬਾਜੀ ਕਰਨ ਪਾਕਿਸਤਾਨ ਬਾਰੇ ਦੇ ਖਿਲਾਫ ਚਾਰ ਗੱਲਾਂ ਬੋਲ ਦੇਣ ਤੇ ਉਹ ਜ਼ਿਆਦਾ ਅਹਿਮ ਸਪੀਚ ਹੋ ਜਾਏਗੀ ਨਹੀਂ ਜਿਆਦਾ ਅਹਿਮ ਸਪੀਚ ਦੀ ਗੱਲ ਨਹੀਂ ਹੈ ਪੜਕਾਉ ਪੜਕਾਉ ਪਾਸ ਚਾਹੁੰਦੇ ਨੇ ਉਹ ਨਾ ਨਾ ਪੜਕਾਉ ਭਾਸ਼ਣ ਦੀ ਲੋੜ ਹੈ ਜੀ ਸ਼ਾਇਦ ਇੱਕ ਕਮਜ਼ੋਰ ਭਾਸ਼ਣ ਦੇ ਵਿੱਚ ਤੇ ਇੱਕ ਢੜਕਾਉ ਭਾਸ਼ਣ ਦੇ ਵਿੱਚ ਤਲਵਾਰ ਕੱਢਣ ਦੀ ਲੋੜ ਨਹੀਂ ਹੈ ਜੀ ਠੀਕ ਹੈ ਗੁੰਡਾਗਰਦੀ ਦੀ ਲੋੜ ਨਹੀਂ ਹੈ ਲੇਕਿਨ ਕਿਸੇ ਨੂੰ ਇਹ ਦਿਖਾਉਣਾ ਕਿ ਮੈਂ ਬਿਲਕੁਲ ਨਜ਼ਰੀਏ ਵਿੱਚ ਕਮਜ਼ੋਰ ਭਾਸ਼ਣ ਹੈ ਨਾ ਕਮਜ਼ੋਰ ਦੀ ਕਮਜ਼ੋਰ ਆ ਉਹ ਦੱਸਣਗੇ ਕਿ ਕਮਜ਼ੋਰੀ ਭਾਸ਼ਣ ਦੀ ਵੀ ਲੋੜ ਨਹੀਂ ਹੈ ਜੀ ਜਿਹੜਾ ਨੇਬਰ ਹੈ ਤੁਹਾਡੇ ਕੋਲ ਰੋਜ਼ ਉਹ ਕਰ ਰਿਹਾ ਤੁਸੀਂ ਕਹਿੰਦੇ ਨਹੀਂ ਕੋਈ ਨਹੀਂ ਕੋਈ ਨਹੀਂ ਮੇਰੇ ਪੰਜ ਬੰਦੇ ਮਾਰਦੇ ਆਪਾਂ ਬੈ ਕੇ ਗੱਲ ਕਰਦੇ ਜੀ ਇੰਨੀ ਇੰਨੀ ਇੰਟਰਨੈਸ਼ਨਲਾਈਜੇਸ਼ਨ ਕਿ ਮੈਂ ਤੇ ਉਹ ਹੁਣ ਇੰਟਰਨੈਸ਼ਨਲ ਫੋਰਮਾਂ ਦੇ ਉੱਤੇ ਗੱਲ ਕਰ ਰਹੀ ਹਾਂ ਲੇਕਿਨ ਮੇਰਾ ਦੇਸ਼ ਕਿੱਥੇ ਖੜਾ ਹੈ ਇਹ ਸਿਮਪਲੀ ਨੋ ਲੌਜਿਕ ਮੇਰੇ ਦੇਸ਼ ਦੀ ਐਸਪੀਰੇਸ਼ਨ ਦੀ ਵੀ ਨੋ ਲੌਜਿਕ ਦੈਟ ਐਸਪੀਰੇਸ਼ਨ ਆਫ ਦਾ ਪੀਪਲ ਦੈਟ ਇਜ਼ ਜਸਟ ਅ ਨੋ ਲੌਜਿਕ ਐਟ ਆਲ ਇਹ ਤਾਂ ਲੋਕ ਫੈਸਲਾ ਕਰਨਗੇ ਨਾ ਕਿ ਇਹ ਕਮਜ਼ੋਰ ਭਾਸ਼ਣ ਸੀਗਾ ਕਿ ਇਹ ਇੱਕ ਪਾਇਦਾਰ ਸਪੀਚ ਸੀ ਕਿ ਡਿਵੈਲਪਮੈਂਟ ਦੇ ਪ੍ਰੋਗਰਾਮਜ਼ ਅਨਫੋਲਡ ਕੀਤੇ ਗਏ ਮੈਂ ਇਹਨਾਂ ਨੂੰ ਫਿਰ ਦੁਬਾਰਾ ਯਾਦ ਕਰਾਉਣਾ ਚਾਹੁੰਦਾ ਤੁਸੀਂ ਕੱਲ ਅਸੈਂਬਲੀਆਂ ਨੇ ਜੀ ਸਾਡਾ ਮੈਂ ਐਮਐਲਏ ਰਿਹਾ ਹਾਂ ਜਦੋਂ ਪੰਜਾਬ ਦੀ ਅ ਯਕੀਨ ਕਰਨਾ ਸਾਡੇ ਪੰਜਾਬ ਦਾ ਗਵਰਨਰ ਭਾਵੇਂ ਉਹ ਹੋਮ ਮਿਨਿਸਟਰ ਰਹੇ ਨੇ ਕਾਂਗਰਸ ਦੇ ਲੀਡਰ ਨੇ ਲੇਕਿਨ ਜਦੋਂ ਉਹ ਉਹਨਾਂ ਨੇ ਭਾਸ਼ਣ ਪੜ੍ਹਨਾ ਗਵਰਨਮੈਂਟ ਦਾ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਪ੍ਰਾਪਤੀਆਂ ਗਿਣਾਉਣੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਆਹ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਇਹ ਕਹਿ ਰਹੀ ਹੈ ਨੋਬਡੀ ਹੈਜ਼ ਐਨ ਆਬਜੈਕਸ਼ਨ ਬਿਕੋਜ਼ ਦੈਟ ਇਜ਼ ਪੰਜਾਬ ਦੇ ਜਿਹੜੇ ਇਸ ਵਾਰ ਵਿਧਾਨ ਸਭਾ ਦੇ ਵਿੱਚ ਭਾਸ਼ਣ ਹੋਇਆ ਗਵਰਨਰ ਦਾ ਉਹਦੇ ਵਿੱਚ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦਿੱਲੀ ਚ ਚੋਣਾਂ ਜਿੱਤੀਆਂ ਪਰ ਇਹਦੇ ਨਾਲ ਜਿਹੜਾ ਤੁਹਾਡਾ ਰਿਕਾਰਡ ਆ ਉਹ ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਅ ਦਰਿੰਦਰ ਜੀ ਜਿਹੜੀ ਇੱਕ ਗੱਲ ਇਹ ਹੈ ਕਿ ਵੀ ਜੋ ਵੀ ਨਰਿੰਦਰ ਮੋਦੀ ਭਾਜਪਾ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਆਲੋਚਨਾ ਕਰ ਰਹੀਆਂ ਨੇ ਕੇਂਦਰ ਸਰਕਾਰ ਦੀ ਉਹ ਕਿਸੇ ਤੋਂ ਲੁਕੀ ਹੋਈ ਹੈ ਨਹੀਂ ਉਹ ਰੋਜ਼ ਦੀ ਆਲੋਚਨਾ ਹੈ ਇਸ ਮੌਕੇ ਦੇ ਉੱਤੇ ਇਹ ਸਾਰੇ ਬਿਆਨਬਾਜ਼ੀ ਕਰਕੇ ਕੀ ਕੋਈ ਸਿਆਸੀ ਫਾਇਦਾ ਹੁੰਦਾ ਵੀ ਹੈ ਜਾਂ ਸਿਰਫ ਇਹੀ ਗੱਲ ਹੈ ਕਿ ਵੀ ਇਸ ਮੌਕੇ ਦੇ ਉੱਤੇ ਜੋ ਲੋਕ ਜੁੜੇ ਨੇ ਗੱਲ ਸੁਣਨ ਲਈ ਉਹਨਾਂ ਨੂੰ ਸੁਣਾਉਣ ਲਈ ਆਊਟਰੀਚ ਕੀਤਾ ਜਾ ਰਿਹਾ ਮਤਲਬ ਜਦੋਂ ਇਸ ਮੌਕੇ ਦੀ ਆਪਾਂ ਇੱਕ ਮਰਿਆਦਾ ਦੀ ਗੱਲ ਕਰਦੇ ਹਾਂ ਇਸ ਦੀ ਸ਼ਾਨ ਦੀ ਗੱਲ ਕਰਦੇ ਹਾਂ ਤੇ ਇੱਕ ਦਿਨ ਲਈ ਕਿਉਂ ਨਹੀਂ ਉਹ ਚੀਜ਼ਾਂ ਪੋਸਟਪੋਨ ਕੀਤੀਆਂ ਜਾਂਦੀਆਂ ਇਹ ਦੋ ਚੀਜ਼ਾਂ ਹੈਗੀਆਂ ਪਹਿਲੀ ਗੱਲ ਤੇ ਇੱਕ ਦਿਨ ਦੇ ਨਾਲ ਕੋਈ ਫਰਕ ਨਹੀਂ ਪਿਆ ਜਨਾ ਜੇ ਆਪਾਂ ਇਹ ਕਹੀਏ ਕਿ ਜੀ ਅਸੀਂ 15 ਅਗਸਤ ਨੂੰ ਯੂਨਾਈਟਿਡ ਫੇਸ ਪ੍ਰੈਜ਼ੈਂਟ ਕਰਨਾ ਹੈ ਪਾਕਿਸਤਾਨ ਨੂੰ ਫੋਰ ਅ ਮੋਮੈਂਟ ਲੇਕਿਨ 14 ਅਗਸਤ ਨੂੰ ਅਸੀਂ ਲੋਕ ਸਭਾ ਦੇ ਚ ਇਸੀ ਗੱਲ ਦੇ ਉੱਤੇ ਝਗੜਾ ਕਰ ਰਹੇ ਹਾਂ ਅਸੀਂ ਆਪਣਾ ਡਿਫੈਂਸ ਮਿਨਿਸਟਰ ਸਾਹਿਬ 14 14 ਅਗਸਤ ਨੂੰ ਤਾਂ ਤੁਸੀਂ ਰਲ ਕੇ ਉੱਥੇ ਇੱਕ ਮਤਾ ਪਾਸ ਕੀਤਾ ਚਲੋ ਡਾਟਸ ਡਾਟਸ ਅ ਮੈਟਰ ਆਫ ਸੇਇੰਗ ਵਨ ਡੇ ਅਰਲੀਅਰ অর ਵਨ ਡੇ ਲੇਟਰ ਬੇਸਿਕ ਆਈਡੀਆ ਵਨ ਡੇ ਅਰਲੀਅਰ ਵਨ ਡੇ ਲੇਟਰ ਅਸੀਂ ਉਸ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਡਿਫੈਂਸ ਮਿਨਿਸਟਰ ਹੈ ਡਿਫੈਂਸ ਮਿਨਿਸਟਰ ਚੀਜ਼ਾਂ ਨੂੰ ਕੈਮਫਲੋਜ ਕਰ ਰਿਹਾ ਹੈ ਕਹਿ ਰਿਹਾ ਕੁਝ ਲੋਕ ਜਿਹੜੇ ਪਾਕਿਸਤਾਨ ਦੀ ਫੌਜ ਦੀ ਵਰਦੀ ਪਾ ਕੇ ਜਦੋਂ ਕਿ ਕਲੀਅਰ ਹੋਇਆ ਦੋ ਦਿਨ ਬਾਅਦ ਉਹਨੂੰ ਕਹਿਣਾ ਪਿਆ ਕਿ ਹਾਂ ਨਹੀਂ ਪਾਕਿਸਤਾਨ ਦੇ ਸਿਗੇ ਉਹ ਉਸ ਕੈਮਫਲੋਜ ਨੂੰ ਉਹਦੇ ਨਾਲ ਅਸੀਂ ਕਿੱਥੇ ਖੜੇ ਆ ਵੀ ਆਰ ਵੈਰੀ ਵੈਰੀ ਕਲੀਅਰ ਜੀ ਦੋ ਓਨਲੀ ਪਰਸਨ ਹਾਟ ਵੇਰੀਅੰਸ ਇਜ਼ ਦ ਪ੍ਰਾਈਮ ਮਿਨਿਸਟਰ ਜੀ ਔਰ ਦ ਯੂਪੀਏ ਬਾਕੀ ਦੇਸ਼ ਸਾਰਾ ਇਕੱਠਾ ਸਾਰੇ ਦੇਸ਼ ਨੇ ਇਸ ਗੱਲ ਤੇ ਹਾਕਾਰ ਹੋਇਆ ਯੂਪੀਏ ਨੂੰ ਰਿਵਰਸ ਕਰਨਾ ਪਿਆ ਡਿਫੈਂਸ ਮਿਨਿਸਟਰ ਨੂੰ ਰਿਵਰ ਸੋ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਜਾਣਾ ਜੀ ਸੁਖਪਾਲ ਜੀ ਜੀ ਸਿੰਪਲ ਜੀ ਗੱਲ ਹੈ ਪਾਰਲੀਮੈਂਟ ਸਾਡਾ ਫੋਰਾ ਹੈ ਜੀ ਉਹਦੇ ਵਿੱਚ ਅਸੀਂ ਇੱਕ ਦੂਜੀ ਪਾਰਟੀਆਂ ਤੇ ਹਮਲੇ ਕਰਦੇ ਹਾਂ ਨੀਤੀਆਂ ਤੇ ਹਮਲੇ ਕਰਦੇ ਹਾਂ ਵਿਚਾਰ ਵਮਰਸ਼ ਕਰਦੇ ਹਾਂ ਗਾਲੀ ਗਲੋਚ ਵੀ ਕਰਦੇ ਹਾਂ ਵਾਕ ਆਊਟ ਵੀ ਕਰਦੇ ਹਾਂ ਅੱਜ ਕੱਲ ਤੇ ਗਾਲੀ ਗਲੋਚ ਹੀ ਕਰਦੇ ਪਰ ਪਰ ਜਿਹੜਾ ਜਿਹੜਾ ਕਟੋ-ਕਟ 15th ਅਗਸਟ ਵੀ ਡਿਸਕਸਿੰਗ ਇੰਡੀਪੈਂਡੈਂਸ ਡੇ ਅਫੀਸ਼ੀਅਲ ਫੰਕਸ਼ਨਸ ਜੀ ਇਜ਼ ਇਟ ਅਪਰੋਪਰੀਏਟ ਜੀ ਫਾਰ ਐਨੀ ਚੀਫ ਮਿਨਿਸਟਰ ਆਫ ਅ ਸਟੇਟ ਟੂ ਕੰਡੈਮਨਟ ਕ੍ਰਿਟਿਕਾਈਜ਼ ਐਂਡ ਨਾਟ ਓਨਲੀ ਇਨ ਸਮਾਲ ਲਿਟਲ ਸਿੰਪਲ ਅ ਫ੍ਰੋਮ ਮੇ ਅਫੀਸ਼ੀਅਲ ਫੰਕਸ਼ਨ ਸਵਾਲ ਤਾਂ ਇਹ ਆ ਕਿ ਅਗਰ ਮੈਂ ਤਾਂ ਕਹਿ ਰਿਹਾ ਪਹਿਲਾਂ ਕਿ ਮੋਦੀ ਜੀ ਜਿਸੇ ਹੋਰ ਕਿਸੇ ਰੈਲੀ ਸਭਾ ਚ ਕਰਦੇ ਸਾਨੂੰ ਕੋਈ ਇਤਰਾਜ਼ ਹੈ ਜੀ ਸਿਰਫ 26 ਜਨਵਰੀ 15 ਅਗਸਤ ਇਸ ਤਰ੍ਹਾਂ ਦੇ ਜਿਹੜੇ ਸਰਕਾਰੀ ਸਮਾਗਮ ਘੱਟੋ ਘੱਟ ਉਹ ਦਿਨ ਤਾਂ ਸੀ ਆਪਣੀ ਡਿਕਰਮੈਂਟ ਪਰ ਇੱਕ ਗੱਲ ਜਿਹੜੀ ਹੋਰ ਪੱਖ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਇਹ ਸਰਕਾਰੀ ਸਮਾਗਮ ਹੈ ਇਹ ਸਿਆਸੀ ਪਾਰਟੀ ਦਾ ਸਮਾਗਮ ਨਹੀਂ ਹੈਗਾ ਦੂਜੇ ਪਾਸੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਹੱਕ ਹੈ ਕਿ ਉਹ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਪੜ੍ਹਦੇ ਜੀ ਸਾਰੇ ਪੜ੍ਹਦੇ ਨੇ ਉਹ ਤੋਂ ਪਹਿਲਾਂ ਵੀ ਮਤਲਬ ਜਿਹੜੇ 65 ਸਾਲਾਂ ਦੇ ਵਿੱਚ ਜਦੋਂ ਜਦੋਂ ਤੁਹਾਡੀ ਸਰਕਾਰ ਰਹੀ ਉਹਦੀਆਂ ਉਹਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰੇ ਤੇ ਜਦੋਂ ਇਸ਼ਤਿਹਾਰ ਦਿੱਤਾ ਜਾਵੇ ਉਸੇ ਸਰਕਾਰੀ ਫੰਕਸ਼ਨ ਦਾ ਤੇ ਨਾਲ ਯੂਪੀਏ ਦੀ ਚੇਅਰਪਰਸਨ ਦਾ ਫੋਟੋਸ਼ਾਪੀ ਹੋਵੇ ਤੇ ਉਹ ਤੇ ਤੁਹਾਨੂੰ ਲੱਗਦਾ ਨਹੀਂਗਾ ਕਿ ਉਹ ਚ ਸਿਆਸਤ ਹੈ ਯੂਪੀਏ ਦੀ ਚੇਅਰਪਰਸਨ ਐਜ਼ ਅ ਪੋਜੀਸ਼ਨ ਵਿਚ ਇਸ ਹੋਲਡਿੰਗ ਜੀ देयर इज ਨਾਥਿੰਗ ਰੌਂਗ ਵਿਦ ਉਹਦੀ ਪੋਜੀਸ਼ਨ ਨਾ ਉਹ ਸਰਕਾਰੀ ਅਹੁਦਾ ਹੈ ਉਹ ਸਰਕਾਰੀ ਅਹੁਦਾ ਨਹੀਂ ਹੈ ਨਹੀਂ ਸਰ ਲੇਕਿਨ ਸਰਕਾਰੀ ਅਹੁਦਾ ਨਹੀਂਗਾ ਤੇ ਉਹਨਾਂ ਨੂੰ 15 ਅਗਸਤ ਵਿੱਚ ਬੋਲਣ ਦਾ ਮੌਕਾ ਤੇ ਨਹੀਂ ਦਿੱਤਾ ਗਿਆ ਜੀ ਸੋਨਿਆ ਜੀ ਆਡੀਅנס 'ਚ ਹੀ ਬੈਠਦੇ ਨੇ ਨਾ ਮਤਲਬ ਇਹ ਤੁਸੀਂ ਤੁਸੀਂ ਹੀ ਫੈਸਲਾ ਕਰੋਗੇ ਕਿ ਕਿਹੜੀ ਗੱਲ ਸਿਆਸਤ ਦਾ ਨਹੀਂ ਮੈਂ ਕਹਿ ਰਿਹਾ ਨਹੀਂ ਮੈਂ ਕਹਿ ਰਿਹਾ ਵਾਂ ਕਿ ਅਗਰ ਯੂਪੀਏ ਦੀ ਚੇਅਰ ਪਰਸਨ ਕਿਸੇ ਆਡੀਅנס ਵਿੱਚ ਆਣ ਕੇ ਬੈਠ ਜਾਂਦੀ ਹੈ ਤੇ ਵਾਟ ਇਜ਼ ਰੌਂਗ ਸ਼ੀ ਇਸ ਹੈਡਿੰਗ ਦੀ ਲਾਰਜੈਸਟ ਪਾਰਟੀ ਆਫ ਦਿਸ ਕੰਟਰੀ ਦ ਪਾਰਟੀ ਦੀ ਪੋਲੀਟਿਕਲ ਪਾਰਟੀ ਖਾਲਜ ਜੀ ਇੱਕ ਮੈਂ ਕਹਿਣਾ ਚਾਹਣਾ ਇੱਕ ਮਿੰਟ ਇਹ ਨਾਲ ਇੱਕ ਇਹ ਰੁਝਾਨ ਬਣਦਾ ਜਾ ਰਿਹਾ ਤੁਸੀਂ ਗੱਲ ਰੁਝਾਨ ਲਿਖ ਰਹੇ ਹੋ ਟੈਲੀਵਿਜ਼ਨ ਦੇ ਥੱਲੇ ਜੀ ਪੰਜਾਬ ਦੇ ਵਿੱਚ ਬਾਦਲ ਸਾਹਿਬ ਸੰਗਤ ਦਰਸ਼ਨ ਕਰ ਰਹੇ ਨੇ ਪ੍ਰੋਗਰਾਮ ਜੀ ਸਰਕਾਰੀ ਫੰਡਸ ਤੋਂ ਪਬਲਿਕ ਫੰਕਸ਼ਨ ਡਿਪਟੀ ਕਮਿਸ਼ਨਰ ਬੀ ਡੀਓ ਬੀ ٹیਓ ਪੰਚਾਇਤ ਸਿਕਰੀ ਸਾਰੇ ਹਾਜ਼ਰ ਜੀ ਲੇਕਿਨ ਇੱਥੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜੀ 46 ਕਾਂਗਰਸ ਦੇ ਐਮ ਐਲ ਏ ਨੇ ਪਿਛਲੇ ਕਾਂਗਰਸ ਦੇ ਇੱਕ ਐਮ ਐਲ ਏ ਰਾਜਾ ਵੜਿੰਗ ਨੇ ਰੌਲਾ ਪਾਇਆ ਜੀ ਕਿ ਉਹਨਾਂ ਦਾ ਉੱਥੇ ਸ਼ਾਮਲ ਹੋਣਾ ਠੀਕ ਨਹੀਂਗਾ ਜੀ ਸਰਕਾਰੀ ਖਰਚ ਜੀ ਡਿਵੈਲਪਮੈਂਟ ਪ੍ਰੋਗਰਾਮ ਜੀ ਹਾਰੇ ਹੋਏ ਨੂੰ ਲਿਆ ਕੇ ਉੱਥੇ ਹਲਕਾ ਇੰਚਾਰਜ ਨੂੰ ਉੱਥੇ ਬਿਠਾ ਲੈਂਦੇ ਨੇ ਜੀ ਤੇ ਜਿਹੜਾ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ ਉਹਨੂੰ ਉਸ ਨੂੰ ਬਾਹਰ ਕੱਢਦੇ ਆਂ ਵਾਟ ਸਾਰਟ ਆਫ ਇਹਦੀ ਕਲੈਰਿਫਿਕੇਸ਼ਨ ਆ ਜਾਂਦਾ ਇਹ ਤਾਂ ਅਗਲੀ ਗੱਲ ਵੀ ਹੈਗੀ ਪਿਛਲੇ ਦਿਨਾਂ ਦੇ ਮੇਰਾ ਖਿਆਲ ਹੈ ਕਿ ਉਹ ਇਨਵਾਈਟਡ ਟੂ ਦੈਟ ਫੰਕਸ਼ਨ ਨਾ ਹਾਰ ਰਿਹਾ ਹੋਇਆ ਨਾ ਜਿੱਤਿਆ ਹੋਇਆ ਸੰਗਤ ਦਰਸ਼ਨ ਸੀ एवरीवन ਵਾਸ ਵੈਲਕਮ ਦੇ ਉਹ ਤਾਂ ਸਾਰੇ ਆ ਜਾਂਦੇ ਜੀ ਖਾਲਜੀ ਉਹਨਾਂ ਨੇ ਮੇਰਾ ਖਿਆਲ ਹਾਂ ਜਿਹੜੀ ਜਿਹੜੀ ਡਿਬੇਟ ਹੈ ਉਹ ਤਾਂ ਦੂਰ ਹੋ ਰਹੇ ਆ ਕਿਉਂਕਿ ਦਿਸ ਇਸ ਅਪਾ ਡਿਬੇਟ ਤਾਂ ਦੂਰ ਨਹੀਂ ਹੋ ਰਹੇ ਦਰਸਲ ਜੇ ਉਹ ਪੋਲਿਟੀਕਲ ਪਾਰਟੀਆਂ ਜਿਸ ਤਰ੍ਹਾਂ ਦੀ ਡਿਬੇਟ ਕਰ ਰਹੀਆਂ ਨੇ ਆਪਾਂ ਉਸ ਕਿਸਮ ਦੀ ਡਿਬੇਟ ਦੇਖ ਰਹੇ ਉਨਾ ਚ ਸ਼ਲੀਨਤਾ ਘਟਦੀ ਜਾ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹਨ ਅਸੈਂਬਲੀਆਂ ਤੇ ਪਾਰਲੀਮੈਂਟ ਦੀ ਜਿਹੜੀ ਫੰਕਸ਼ਨਿੰਗ ਹੈ ਓਵਰ ਦਾ ইয়ার্স ਜੀ ਉਹਦੇ ਵਿੱਚ ਜਿਹੜੇ ਮੈਨ ਆਵਰਸ ਕਿੰਨਾ ਪੈਸਾ ਵੇਸਟ ਹੁੰਦਾ ਹੈ ਔਰ ਉਹਦੇ ਵਿੱਚ ਜਿਹੜਾ bizness ਹੈ ਉਹ ਕਿੰਨਾ ਘਟਦਾ ਜਾ ਰਿਹਾ ਜੀ ਕੰਮ ਜਿਹਨੇ ਬਿੱਲ ਪੈਂਡਿੰਗ ਰਹਿੰਦੇ ਆ ਇਹ ਸਾਰਾ ਕੁਝ ਆਪਰ ਹੋ ਗਿਆ ਕਿੰਨੇ ਬਿੱਲ ਜਿਹੜੇ ਬਿਨਾ ਕਿਸੇ ਬਹਿਸ ਤੋਂ ਬਿਨਾ ਕਿਸੇ ਚਰਚ ਤੋਂ ਪਾਸ ਹੋ ਜਾਂਦੇ इवन ਬਜਟ ਕੰਟਰੀ ਦਾ ਜਿਹੜਾ ਹੈਗਾ ਜੀ ਉਹ ਬਿਨਾ ਕਈ ਵਾਰ ਡਿਬੇਟ ਤੇ ਪਾਸ ਹੋ ਜਾਂਦਾ ਜੀ ਇਹ ਸਾਡੇ ਵਾਸਤੇ ਇਹ ਗੱਲ ਹੈ ਜਿਹਨੂੰ ਕਿ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਦੇਖੋ ਆਪਾਂ ਸਾਰੇ ਲੜੀਏ ਝਗੜੀਏ ਇਹ ਪੋਲੀਟੀਕਲ ਬੈਟਲ ਹੈ ਜੀ ਔਰ ਉਹਦੇ ਵਿੱਚ ਸਟੇਟ ਦੇ ਉੱਪਰ ਪਾਵਰ ਸਟਰਕਚਰ ਦੇ ਉੱਪਰ ਕੰਟਰੋਲ ਕਰਨ ਦਾ ਮਸਲਾ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਲੇਕਿਨ ਆਪਾਂ ਇਹ ਨਾ ਭੁੱਲ ਜਾਈਏ ਸਾਰੇ ਪੋਲੀਟੀਕਲ ਪਾਰਟੀਆਂ ਕਿ ਜਿਸ ਵੇਲੇ ਵੀ ਪਾਰਲੀਮੈਂਟ ਤੇ ਅਸੈਂਬਲੀ ਦੀ ਫੰਕਸ਼ਨਿੰਗ ਹੈ ਉਹਦੇ ਵਿੱਚ ਜਨਤਾ ਦਾ ਰੋਲ ਬੜਾ ਇੰਪੋਰਟੈਂਟ ਹੈ ਜਤਨਾ ਤੋਂ ਆਪਾਂ ਵੋਟਾਂ ਤਾਂ ਲੈਣੇ ਆ ਵੋਟਾਂ ਲੈ ਕੇ ਜਨਤਾ ਨੂੰ ਵੀ ਭੁੱਲ ਜਾਂਦੇ ਆ ਉਸ ਤੋਂ ਬਾਅਦ 5 ਸਾਲ ਬਾਅਦ ਫੇਰ ਜਾ ਕੇ ਖੜੇ ਹੋ ਜਾਂਦੇ ਆ ਸਾਨੂੰ ਜਨਤਾ ਦੀ ਅਪੀਖਸ਼ਾ ਔਰ ਜਿਹੜਾ ਟੈਕਸਪੇਅਰ ਦਾ ਪੈਸਾ ਹੈਗਾ ਜਿਹਦੇ ਨਾਲ ਪਾਰਲੀਮੈਂਟ ਚੱਲਦੀ ਹੈ ਔਰ ਐਮ ਐਲ ਏ ਤੇ ਐਮ ਪੀਜ਼ ਨੂੰ ਇਹ ਸਾਰਾ ਪਰਕਸ ਮਿਲਦੇ ਆ ਉਹ ਸਾਰਿਆਂ ਨੂੰ ਜਸਟੀਫਾਈ ਕਰੀ ਇਟ ਇਜ਼ ਈਜ਼ੀਅਰ ਦੂਸਰੀ ਦੂਸਰੀ ਚੀਜ਼ ਦੂਸਰੀ ਚੀਜ਼ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਰਿਗਾਰਡਿੰਗ ਦ ਫੋਰਨ ਪੋਲਿਸੀ ਜਿਹੜੀ ਤਾਇਲ ਸਾਹਿਬ ਨੇ ਗੱਲ ਕੀਤੀ ਹੈ ਕਿ ਆਪਾਂ ਬੜੀ ਇੱਕ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜੀਓਗ੍ਰਾਫਿਕਲੀ ਵੀ ਕੈਨ ਨਾਟ ਬੀ ਸ਼ੇਅਰਡ ਵੀ ਪਾਕਿਸਤਾਨ ਪਾਕਿਸਤਾਨ ਔਰ ਕੈਨ ਨਾਟ ਬੀ ਸ਼ੇਅਰਡ ਜੀ ਲੇਕਿਨ ਅਸੀਂ ਕੈਸੇ ਕੰਟਰੀ ਨਾਲ ਡੀਲ ਕਰ ਰਹੇ ਹਾਂ ਜਿਹੜਾ ਕਿ ਨਿਊਕਲੀਅਰ ਪਾਵਰ ਵੀ ਹੈ ਫੋਰਚੂਨੇਟਲੀ অর ਫੋਰਚੂਨੇਟਲੀ ਨਿਊਕਲੀਅਰ ਪਾਵਰ ਹੈ ਸਾਨੂੰ ਬਹੁਤ ਹੀ ਡੈਲੀਕੇਟ ਬੈਲੈਂਸ ਰੱਖ ਕੇ ਚੱਲਣਾ ਪਏਗਾ ਜਦ ਵੀ ਅਸੀਂ ਪਾਕਿਸਤਾਨ ਨਾਲ ਲਿਗਾ ਸਾਨੂੰ ਹਾਰਸ਼ ਵੀ ਹੋਣਾ ਪਏਗਾ ਲੇਕਿਨ ਹਾਰਸ਼ ਹੋਣ ਦੇ ਤਰੀਕੇ ਵੀ ਲੱਭਨੇ ਪੈਣਗੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਪਾਕਿਸਤਾਨ ਨੂੰ ਲਾਈਨ ਤੇ ਲੈ ਆਈਏ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਚਾਹੇ ਪੰਜ ਬੰਦੇ ਮਾਰਤੇ ਚਾਹੇ ਪਹਿਲਾਂ ਵੀ ਸਿਰ ਵੱਢਤੇ ਸਾਡੇ ਸ਼ਹੀਦ ਕਰਤੇ ਬੰਦੇ ਉਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਹੈ ਇਹ ਸਾਨੂੰ ਬੜੇ ਧਿਆਨ ਨਾਲ ਸੋਚਣਾ ਚਾਹੀਦਾ ਜੋ ਕਿਸੇ ਸਲੀਕੇ ਚ ਨਹੀਂ ਰਹਿੰਦੇ ਉਹਨਾਂ ਤੋਂ ਇਹ ਤਵਕਕੂ ਕੀਤੀ ਜਾ ਸਕਦੀ ਹੈ ਕਿ ਉਹ ਡੈਲੀਕੇਟਲੀ ਚੀਜ਼ਾਂ ਨੂੰ ਹੈਂਡਲ ਕਰਨਗੇ ਨਹੀਂ ਇਹ ਦੇਖੋ ਸਾਨੂੰ ਵੀ ਰੱਬ ਨੇ ਦਿਮਾਗ ਦਿੱਤਾ ਸਾਨੂੰ ਵੀ ਸੋਚ ਦਿੱਤੀ ਹੈ ਸਾਨੂੰ ਵੀ ਸੋਚਣਾ ਪੈਗਾ ਕਿ ਫਾਰ ਇਗਜ਼ਾਮਪਲ ਪਾਣੀਆਂ ਦਾ ਮਸਲਾ ਹੈਗਾ ਅਸੀਂ ਕਿਸ ਤਰੀਕੇ ਦੇ ਨਾਲ ਪੈਨਲਾਈਜ਼ ਪਾਕਿਸਤਾਨ ਨੂੰ ਕਰ ਸਕਦੇ ਹਾਂ ਹੋਰ ਦੂਸਰੇ ਮਸਲੇ ਹੈਗੇ ਕਿਸ ਤਰੀਕੇ ਦੇ ਨਾਲ ਟ੍ਰੇਡ ਹੈਗਾ ਹੋਰ ਸਭ ਕੁਝ ਹੈ ਲੇਕਿਨ ਜੇ ਆਪਾਂ ਵਾਰਮੋਂਗਰਿੰਗ ਸ਼ੁਰੂ ਕਰਦੀ ਐ ਇਮੀਡੀਏਟਲੀ ਕਿਸੇ ਵੀ ਗੱਲ ਤੇ ਉਹਦੇ ਨਾਲ ਮਸਲਾ ਹੱਲ ਹੋਣਾ ਨਹੀਂ ਹੈ ਵਾਰਮੋਂਗਰਿੰਗ ਇਜ਼ ਵੈਰੀ ਡੇਂਜਰਸ ਟੂਡੇ ਜੀ ਫੋਰ ਜੀ ਇਅਰ ਆ ਸੋਲ ਦਾ ਥੇਅਰ ਇਜ਼ ਅ ਡਿਫਰੈਂਸ ਬੀਟਵੀਨ ਬੀਇੰਗ ਅ ਸੌਫਟ ਸਟੇਟ Haan. and between warmongering there is something in between you can be a tough state ji. without being you a warmonger be you can be a tough so state pal you pal cannot be a tough state you cannot be a tough state ਮੈਂ ਸਵਾਲ ਪੁੱਛਣਾ ਤੁਸੀਂ ਆਪਣੀ ਟਿੱਪਣੀ ਕਰ ਲਓ ਹਾਂ ਜੀ ਤੁਸੀਂ ਜੋ ਕਹਿਣਾ ਚਾ ਰਹੇ ਹੋ ਉਹ ਕਹਿ ਦਿਓ ਮੈਂ ਤਾਂ ਇਹ ਕਹਿ ਰਿਹਾ ਕਿ ਇਸ਼ੂ ਤਾਂ ਅੱਜ ਆਪਾਂ ਇਹ ਫੈਸਲਾ ਕਰ ਰਹੇ ਹਾਂ ਕਿ ਕੀ ਪੋਲਿਟিক্যাল ਜਿਹੜੇ ਸੌਰੀ ਆਫੀਸ਼ੀਅਲ ਫੰਕਸ਼ਨਸ ਨੇ ਅੱਛੇ ਜਿਹੜੇ ਮੁਲਕ ਦੇ ਵਾਸਤੇ ਫੰਕਸ਼ਨਸ ਨੇ ਕਿ ਉਹਦੇ ਉੱਤੇ ਖੜ ਕੇ ਜੀ ਇਸ ਤਰ੍ਹਾਂ ਦੇ ਸ਼ਬਦ ਵਰਤਨੇ ਚਾਹੀਦੇ ਨੇ ਜੋ ਮੋਦੀ ਸਾਹਿਬ ਨੇ ਜੋ ਨੁਕਤਾ ਚਿਨੀ ਵਗੈਰਾ ਕੀਤੀ ਆ ਆਪਾਂ ਸਾਰੇ ਚੱਲ ਜਾ ਰਹੇ ਹਾਂ ਤਾਂ ਪੋਲਿਸੀਜ਼ ਡਿਸਕਸ ਕਰਨ ਲੱਗੇ ਤਾਂ ਜਿੰਨਾ ਮਰਜ਼ੀ ਲੰਬਾ ਸਮਾਂ ਚਾਹੀਦਾ ਲੇਕਿਨ ਦ ਇਸ਼ੂ ਇਜ਼ ਥੈਟ ਇਟ ਵਾਸ ਇਨਕਰੈਕਟ ਜੀ ਇਨਡੀਸੈਂਟ ਇਨਪ੍ਰੋਪਰੀਏਟ ਜੀ ਆ ਜਿਹੜਾ ਦੇਖੋ ਹੁਣ ਜੇ ਤੋਂ ਬਾਅਦ ਮੈਂ ਗੁਰਿੰਦਰ ਸਿੰਘ ਨੂੰ ਮੌਕਾ ਦੇਵਾਂਗਾ ਤੇ ਇੰਨੇ ਹੀ ਵਿਸ਼ੇਸ਼ ਮਰਿਆਦਾ ਵਾਲਾ ਫੰਕਸ਼ਨ ਉੱਤੇ ਕਰਨਾ ਨਹੀਂ ਸੀ ਚਾਹੀਦਾ ਜੀ ਜੇ ਹੁਣ ਦਰਿੰਦਰ ਸਿੰਘ ਕੋਲ ਮੈਂ ਜਾਵਾਂਗਾ ਇੰਨੇ ਹੀ ਵਿਸ਼ੇਸ਼ਣਾਂ ਵਾਲੇ ਜਿਹੜੇ ਉਹ ਵਾਕ ਉਹ ਵੀ ਬੋਲ ਸਕਦੇ ਪਰ ਮੈਂ ਉਧਰ ਜਾਣਾ ਚਾਹਾਂਗਾ ਖਾਲਜ ਜੀ ਇੱਕ ਸਵਾਲ ਇਹ ਹੈ ਕਿ ਜਦੋਂ ਸਾਡੇ ਦੇ ਮੁਲਕ ਦੀਆਂ ਸਿਆਸੀ ਪਾਰਟੀਆਂ ਇਸ ਤਰਜ ਦੇ ਉੱਤੇ ਇਸ ਕਿਸਮ ਦੇ ਮੁੱਦੇ ਦੇ ਉੱਤੇ ਗੱਲ ਕਰ ਰਹੀਆਂ ਨੇ ਤੇ ਸਾਤੋਂ ਜੋ ਨਜ਼ਰ ਅੰਦਾਜ਼ ਹੋਇਆ ਉਹਦੇ ਵੱਲ ਇੱਕ ਧਿਆਨ ਦੇਣ ਦੀ ਲੋੜ ਹੈ ਪ੍ਰਧਾਨ ਮੰਤਰੀ ਨੇ ਆਪਣੀ ਭਾਸ਼ਣ ਦੇ ਆਖਿਰ ਦੇ ਵਿੱਚ ਕਿਹਾ ਕੀ ਅਸੀਂ ਇਸ ਦੇਸ਼ ਨੂੰ ਉੱਥੇ ਲੈ ਕੇ ਜਾਵਾਂਗੇ ਜਿੱਥੇ ਭੁੱਖਬਰੀ, جہਾਲਤ, ਗੁਰਬਤ ਤੇ ਸੁਰੱਖਿਆ ਵਰਗੇ ਜਿਹੜੇ ਮਸਲੇ ਉਹਦੀ ਚਿੰਤਾ ਦਾ ਵਿਸ਼ਾ ਨਹੀਂ ਹੋਣਗੇ। ਇਹੀ ਜਿਹੜੀ ਤਕਰੀਰ ਹੈ ਉਹ 15 ਅਗਸਤ 1947 ਨੂੰ ਕੀਤੀ ਗਈ ਸੀ। ਜਿਹੜੀਆਂ 65 ਸਾਲ ਦੀਆਂ ਨਾਕਾਮਯਾਬੀਆਂ ਨੇ ਕੀ ਇਸ ਬਹਿਸ ਦੇ ਵਿੱਚ ਉਹ ਟਕੀਆਂ ਗਈਆਂ ਨੇ ਉਹਨਾਂ ਤੇ ਬਹਿਸ ਨਹੀਂ ਹੋ ਰਹੀ। ਦੇਖੋ ਇਹਦਾ ਹੈ ਕਿ ਜਿਸ ਵੇਲੇ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਜੀ ਸਾਡੇ ਕੋਲ 36 ਕਰੋੜ ਆਬਾਦੀ ਸੀਗੀ। ਜੀ ਅੱਜ ਸਾਡੇ ਕੋਲ 120 ਕਰੋੜ ਆਬਾਦੀ ਹੈ। ਜੀ ਬੜੀ ਇਸ਼ੂਜ਼ ਦੇ ਉੱਪਰ ਸਾਡੀ ਡਿਵੈਲਪਮੈਂਟ ਬਹੁਤ ਹੋਈ ਹੈ ਜੀ 65 ਸਾਲ ਦਾ ਜਿਹੜਾ 65 ਸਾਲ ਦਾ ਜਿਹੜਾ ਵਕਫਾ ਹੈ ਕਿਸੇ ਵੀ ਨੇਸ਼ਨ ਦੀ ਹਿਸਟਰੀ ਦੇ ਵਿੱਚ ਹੋ ਸਕਦਾ ਅੱਜ ਤੋ ਹਜ਼ਾਰ ਸਾਲ ਬਾਅਦ ਇੱਕ ਪੈਰੇ ਵਿੱਚ ਵੀ ਨਹੀਂ ਲਿਖਿਆ ਜਾਂਦਾ ਜੀ ਜਿੰਨੀ ਫਾਸਟ ਗਰੋਥ ਡਿਵੈਲਪਮੈਂਟ ਕਈ ਸੈਕਟਰਸ ਦੇ ਵਿੱਚ ਇੰਡੀਆ ਨੇ ਕੀਤੀ ਹੈ ਜੀ ਇਟ ਇਜ਼ ਅਨਪੈਰਲ ਜੀ ਲੇਕਿਨ ਐਟ ਦ ਸੇਮ ਟਾਈਮ ਅਸੀਂ ਪੂਰੀ ਦੁਨੀਆ ਦੇ ਵਿੱਚ 134ਵੇਂ ਨੰਬਰ ਤੇ ਆਂ ਮਾਨਵੀ ਵਿਕਾਸ ਦੇ ਮਾਮਲੇ ਵਿੱਚ ਮੈਂ ਮੈਂ ਆਮ ਕਮਿੰਗ ਟੂ ਥੈਟ ਸਾਡਾ ਬਹੁਤ ਹੀ ਡਾਈਵਰਸ ਦੇਸ਼ ਹੈ ਜੀ ਸਾਡੇ ਕੋਲ ਰਿਚੇਸਟ ਆਫ ਦਾ ਰਿਚ ਵੀ ਹੈ ਐਂਡ ਦਾ ਪੋਰੈਸਟ ਆਫ ਦਾ ਪੂਰ ਵੀ ਜੀ ਸਾਡੇ ਕੋਲ ਹਾਈਲੀ ਡਿਵੈਲਪਡ ਹਾਈਲੀ ਟੈਕਨੋਲੋਜੀ ਦੀ ਗ੍ਰੋਥ ਹੈ ਸਾਡੇ ਕੋਲ ਐਸੇ ਵੀ ਲੋਕ ਹਨ ਜਿਨ੍ਹਾਂ ਨੇ ਜਿਨ੍ਹਾਂ ਕੋਲ ਇੱਕ ਬਲਬ ਵੀ ਨਹੀਂ ਜਲਦਾ ਹੈ ਪਿੰਡਾਂ ਦੇ ਵਿੱਚ ਇਟਸ ਅ ਵੈਰੀ ਡਾਈਵਰਸ ਕੰਟਰੀ ਜੀ ਲੇਕਿਨ ਜਿੱਤੇ ਤੱਕ ਸਵਾਲ ਹੈਗਾ 1947 ਦੇ ਵਿੱਚ ਪੰਡਜਵਾਲਾ ਨਹਿਰੂ ਦੀ ਵੀ ਉਹੀ ਪ੍ਰੋਬਲਮਸ ਸੀਗੀਆਂ ਉਹੀ ਦਿਮਾਗ ਦੇ ਵਿੱਚ ਸਮੱਸਿਆਵਾਂ ਸੀਗੀਆਂ ਦੇਸ਼ ਦੇ ਬਾਰੇ ਜਿਹੜੀਆਂ ਕਿ ਅੱਜ ਹੈਗੀਆਂ ਜੀ ਉਹਦੇ ਵਿੱਚ ਕਈ ਇਸ਼ੂਸ ਹੈ ਜੀ ਫੋਰ ਐਗਜ਼ਾਮਪਲ ਕ腐ਸ਼ਨ ਇੱਕ ਬਹੁਤ ਵੱਡਾ ਇਸ਼ੂ ਹੈ ਜੀ ਜਿਹੜਾ ਕਿ ਕੱਲ ਪ੍ਰਾਈਮ ਮਿੰისტਰ ਨੇ ਟੱਚ ਨਹੀਂ ਕੀਤਾ ਇਹਨਾਂ ਜੀ ਪ੍ਰਾਈਮ ਮਿੰისტਰ ਜਿਹੜਾ ਕ腐ਸ਼ਨ ਦਾ ਇਸ਼ੂ ਹੈ ਇਹਨਾਂ ਜ਼ਬਰਦਸਤ ਹੈ ਔਰ ਸਾਨੂੰ ਆਪਣੀ ਸ਼ਰਮ ਨਾਲ ਅੱਖਾਂ ਚੁਕਾਉਣੀਆਂ ਪੈਂਦੀਆਂ ਜਿਸ ਵੇਲੇ ਅਸੀਂ ਦੇਖਦੇ ਹਾਂ ਅਸੀਂ ਥੱਲੇੋਂ ਦੂਜੇ ਅਤੀਜੇ ਨੰਬਰ ਤੇ ਆ ਜੀ ਇਸੇ ਤਰੀਕੇ ਦੇ ਨਾਲ ਮਿਸ ਮੈਨੇਜਮੈਂਟ ਹੈ ਜੀ ਇਸੇ ਤਰੀਕੇ ਦੇ ਨਾਲ ਪਲੈਨਿੰਗ ਦੀ ਘਾਟ ਹੈ ਜੀ ਇਸੇ ਤਰੀਕੇ ਦੇ ਨਾਲ ਬੜੇ ਇੰਪੋਰਟੈਂਟ ਸੈਕਟਰਸ ਨੇ ਜਿਨ੍ਹਾਂ ਦੀ ਅਣਦੇਖੀ ਕੀਤੀ ਗਈ ਹੈ ਜੀ ਉਹ ਸਾਰੀਆਂ ਚੀਜ਼ਾਂ ਰਿਸਪੌਂਸੀਬਲ ਹੈ ਸਾਡੀ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਵੀ ਹੈਵ ਰਨ ਆਊਟ ਆਫ ਆਈਡੀਆਜ਼ ਜੀ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਡੇ ਜਿਹੜੀ ਪੋਲੀਟੀਕਲ ਪਾਰਟੀਆਂ ਹੈ ਉਹ ਡਿਸਕਸ਼ਨ ਕਰਨ ਲੱਗੀਆਂ ਹੈ ਪਾਰਲੀਮੈਂਟ ਜਾਂ ਅਸੈਂਬਲੀਆਂ ਦੇ ਵਿੱਚ ਡਿਸਕਸ਼ਨ ਜਿਹੜਾ ਹੈਗਾ ਉਹਦੇ ਵਿੱਚ ਕੰਟੈਂਟ ਨਾਉਂ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਰਿਸਪੌਂਸੀਬਲ ਹੈ ਜਿੱਦੀ ਵਜ੍ਹਾ ਕਰਕੇ ਅਸੀਂ ਲੋਕਾਂ ਨੂੰ ਉਹ ਡਿਲੀਵਰ ਜਾਂ ਸਾਡੀ ਪੋਲੀਟੀਕਲ ਲੀਡਰਸ਼ਿਪਸ ਉਹ ਡਿਲੀਵਰ ਨਹੀਂ ਕਰ ਸਕਿਆ ਜਿਹੜੀਆਂ ਕਿ ਉਹਨਾਂ ਨੂੰ ਕਰਨਾ ਚਾਹੀਦਾ ਸੀ ਜੀ ਸੁਖਪਾਲ ਜੀ ਸਿਰਫ ਸੰਖੇਪ ਚ ਤੁਸੀਂ ਜਵਾਬ ਦਿਓ ਕਿ ਜਦੋਂ ਨਰਿੰਦਰ ਮੋਦੀ ਹੋਣਾ ਨੇ ਉਹ ਤਕਰੀਰ ਕੀਤੀ ਹੈ ਤੇ ਕਾਂਗਰਸ ਨੂੰ ਇਹ ਮੌਕਾ ਮਿਲ ਗਿਆ ਕਿ ਇਹ ਸਾਰੇ ਮੁੱਦਿਆਂ ਤੇ ਗੱਲ ਨਹੀਂ ਕਰਨੀ ਪਈਗੀ ਹੁਣ ਸਿਰਫ ਮੋਦੀ ਬਾਰੇ ਗੱਲ ਕਰਕੇ ਸਾਡਾ ਚੱਲ ਜਾਏਗਾ ਨਹੀਂ ਮੈਂ ਤਾਂ ਕਹਿੰਦਾ ਬਦਕਿਸਮਤੀ ਆ ਅਗਰ ਖਲੀਜੀ ਕਹਿ ਰਹੇ ਨੇ ਅਸਲ ਲੋਗਾ ਦੇ ਇਸ਼ੂਜ਼ ਹੀ ਪ੍ਰਾਈਮ ਹੋਣੇ ਚਾਹੀਦੇ ਨੇ এডੂਕੇਸ਼ਨ ਹੈਲਥ ਕੇਅਰ ਅਨਪਲੋਇਮੈਂਟ ਡਰੱਗਸ ਜੀ ਰੋਡ ਐਕਸੀਡੈਂਟਸ ਇਹ ਸਾਰੀਆਂ ਗੱਲਾਂ ਰਹਿਣਗੀਆਂ ਲੇਕਿਨ ਕੁਝ ਪੋਲਿਟੀਕਲ ਆਗੂ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਤਰ੍ਹਾਂ ਦੇ ਸੋਲਮ ਓਕੇਜਨਸ ਉਹ ਵੀ ਸਪੇਅਰ ਨਹੀਂ ਕਰਦੇ ਤਾਂ ਫਿਰ ਬੇਸਤ ਹੋਣੀ ਹੋਣੀ। ਕੁੱਲ ਮਿਲਾ ਕੇ ਗੱਲ ਇਹ ਹੀ ਹੋਊਗੀ ਕਿ ਸਿੱਖਿਆ ਬਾਰੇ ਵੀ ਗੱਲ ਕਰਾਂਗੇ, ਸਿਹਤ ਬਾਰੇ ਵੀ ਗੱਲ ਕਰਾਂਗੇ, ਹਰ ਚੀਜ਼ ਬਾਰੇ ਗੱਲ ਕਰਾਂਗੇ ਪਰ ਪਹਿਲਾਂ ਮੋਦੀ ਜੀ ਦਾ ਜਵਾਬ ਦੇ ਲਈਏ। ਇੱਕ ਮਿੰਟ ਜੀ। ਜਦ ਮੋਦੀ ਜੀ 15 ਅਗਸਤ ਨੂੰ ਸਰਕਾਰੀ ਗੁਜਰਾਤ ਦੇ ਫੰਕਸ਼ਨ ਤੋਂ ਹਮਲਾ ਕਰਦੇ ਡੋਨਟ ਯੂ ਥਿੰਕ ਇਟ ਇਜ਼ ਰਿਕੁਆਇਰਡ ਟੂ ਰਿਪਲਾਈ ਟੂ ਤਾਇਲ ਜੀ ਜਦੋਂ ਇਹ ਸਾਰੇ ਮਸਲੇ ਨੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਮੁਕਤ ਨੁਕਤਾ ਚੁਣ ਕੇ ਵਿਦੇਸ਼ ਨੀਤੀ ਵਾਲਾ ਸਿਰਫ ਉਹਦੀ ਗੱਲ ਕਰਨੀ ਬਾਕੀ ਛੱਡ ਦੇਣੀ ਆ ਜੇ ਉਹਨਾਂ ਨੂੰ ਦੇਸ਼ ਦੀ ਚਿੰਤਾ ਸੀ ਤੇ ਬਾਕੀ ਵੀ ਤਾਂ ਸਵਾਲ ਹੋਣੇ ਚਾਹੀਦੇ ਸੀ ਕਿ ਇਹ ਵੀ ਇੱਕ ਚੋਣਮਾਤ ਤੱਥ ਨਹੀਂ ਜਿਹਦੇ ਤੇ ਲੋਕਾਂ ਨੂੰ ਸਿੱਧਾ ਢੜਕਾਇਆ ਜਾ ਸਕਦਾ ਜਾਂ ਸਿੱਧੇ ਜਿਹੜੇ ਤੇ ਲੋਕ ਸਾਰੀਆਂ ਗੱਲਾਂ ਹੋਈਆਂ ਇਕਨੋਮੀ ਦੀ ਗੱਲ ਹੋਈ ਹੈ ਕਿ ਜਿਹੜੇ ਕਹਿੰਦੇ ਨੇ ਇਕਨੋਮੀ ਇਕਨੋਮੀ ਦੀ ਗੱਲ ਹੋਈ ਕਿ ਹਾਂ 5% ਤੋਂ ਥੱਲੇ ਆ ਗਈ ਲੇਕਿਨ ਦੇਖੋ ਉਹ ਤਾਂ ਸਾਰੇ ਸਾਰੀ ਦੁਨੀਆ ਦੀ ਆ ਗਈ ਰੁਪਿਆ ਕਿੱਥੇ ਗਿਆ ਡਾਲਰ ਵੱਧ ਗਿਆ ਰੁਪਿਆ ਘਟ ਗਿਆ ਕੋਈ ਗੱਲ ਨਹੀਂ ਹੋਈ ਜੀ ਮੋਦੀ ਜੀ ਨੇ ਹਰ ਇੱਕ ਤੇ ਕਮੈਂਟ ਕੀਤਾ ਲੇਕਿਨ ਜਿਆਦਾ ਇੰਪੋਰਟੈਂਟ ਗੱ ਕਿ ਜੀ ਇਹ ਇਮਪ੍ਰੋਪਰ ਹੈ ਇਮਪ੍ਰੋਪਰਾਈਟੀ ਇਟ ਇਜ਼ ਦਾ ਕੈਟਲ ਦਾ ਪੌਟ ਕਾਲਿੰਗ ਦਾ ਕੈਟਲ ਬਲੈਕ ਹੂ ਵਾਟ ਇਜ਼ ਹੈਪਨਿੰਗ ਜਿਹੜਾ ਮਤਲਬ ਕੁੱਲ ਮਿਲਾ ਕੇ ਇੱਕ ਮਿੰਟ ਮੈਂ 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 ਇਹ ਕਹਿਣਾ ਚਾਹੂੰਗਾ ਦਿਗਵਜੈ ਸਿੰਘ ਜੀ ਆਪਣੀ ਹੀ ਐਮਪੀ ਬਾਰੇ ਕਹਿੰਦੇ ਆ ਜੀ ਟੱਚਮਾਲ ਜੀ ਐਂਡ ਦਾ ਕਾਂਗਰਸ ਸਪੋਕਸਮੈਨ ਰੇਨੂਕਾ ਚੌਧਰੀ ਸੇਜ਼ ਕਿ ਨਹੀਂ ਨਹੀਂ ਇਹ ਕੰਪਲੀਮੈਂਟ ਮੰਨਣਾ ਚਾਹੀਦਾ ਹੈ ਇੰਪ੍ਰੋਪਰਾਈਟੀ ਜਦੋਂ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਤੁਹਾਨੂੰ ਜ਼ਿਆਦਾ ਦੇਖੋ ਜੀ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਟਾਕਿੰਗ ਬਟ ਇੰਪ੍ਰੋਪਰਾਈਟੀ ਨਹੀਂ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਠੀਕ ਹੈ ਨਹੀਂ ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਕਿ ਪਹਿਲਾਂ ਅਸੀਂ ਬਿਆਨਵਾਜੀ ਕਰੀਏ ਬਾਅਦ ਦੇ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ ਤੁਸੀਂ ਸਾਰੇ ਅੱਜ ਦੀ ਚਰਚਾ ਵਿੱਚ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਮਹੂਰੀਅਤ ਦਾ ਸਭ ਤੋਂ ਪਹਿਲਾ ਜੇ ਕੋਈ ਸਵਾਲ ਪੁੱਛਦਾ ਹੈ ਤਾਂ ਤਸੱਲੀ ਬਖਸ਼ ਜਵਾਬ ਦਿੱਤਾ ਜਾਏ ਹੁਣ ਜਦੋਂ ਇਸ ਸਲੀਕੇ ਨੂੰ ਵਿਧਾਨ ਸਭਾਵਾਂ ਰਾਜ ਸਭਾ ਅਤੇ ਲੋਕ ਸਭਾ ਵਿੱਚ ਨਹੀਂ ਨਿਭਾਇਆ ਜਾਂਦਾ ਤਾਂ ਸਰਕਾਰੀ ਅਤੇ ਸਿਆਸੀ ਮੰਚਾਂ ਉੱਤੇ ਕਿਵੇਂ ਲਾਗੂ ਕੀਤਾ ਜਾਏਗਾ ਸਿਆਸੀ ਪਾਰਟੀਆਂ ਲਈ ਇਹ ਕਬੱਡੀ ਕਬੱਡੀ ਖੇਡਣ ਦਾ ਚੰਗਾ ਮੌਕਾ ਹੈ ਜਮਹੂਰੀਅਤ ਦੀ ਚਿੰਤਾ ਕਰਨ ਵਾਲਿਆਂ ਲਈ ਇਹ ਅਹਿਮ ਸਵਾਲ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਖੁਦਾਫੈਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ आप मिलेंगे फेसबुक अस् दिखा यूट्यूब फॉलो करो ट्विटर खबर जुड़े रहो दिन रात